ਨਾਮ ਸ਼੍ਰੀ ਵਾਹਿ ਗੁਰੂ ਜੀ। ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਬਿਖਿਆਤਾ। ਦਾਸ ਚਰਨ ਹਿਰਦੈ ਬਸਾਵਾਂ, ਤਉ ਪਰਮ ਗੁਰੂ ਨਾਨਕ ਗੁਣ ਗਾਵਾਂ। ਚਰਨ ਤਾਂ ਪਰ ਸਕੇ ਅਥ, ਚਰਨ ਗੁਰ ਅਮਰ ਪਵਲ ਰੈ। ਹੱਥ ਤਾਂ ਪਰ ਸਕੇ ਹੱਥ, ਹੱਥ ਲਗੇ ਗੁਰ ਅਮਰ ਪੈ। ਜੀ ਤਾਂ ਪਰ ਸਕੇ ਹੱਥ, ਜੀ ਗੁਰ ਅਮਰ ਪਣਿਜੈ। ਨੈਣ ਤਾਂ ਪਰ ਸਕੇ ਹੱਥ, ਨੈਣ ਗੁਰ ਅਮਰ ਪਖਿਜੈ। ਸਕੇ ਅਥ ਸੋ ਸਰਵਣ ਤਾਂ ਪਰ ਸਕੇ ਅਥ, ਸਰਵਣ ਤਾਂ ਪਰ ਸਕੇ ਅਥ, ਸਰਵਣ ਗੁਰ ਅਮਰ ਸੁਣਿਜੈ। ਸਕੇ ਅਥ ਸੋ ਹੀਓ ਜਿਤ ਹੀ ਬਸੈ, ਗੁਰ ਅਮਰਦਾਸ ਨਿਜ ਜਗਤ ਪਿਤ। ਸਕੇ ਅਥ ਸੋ ਸਿਰ ਜਲ ਪਪਣੈ, ਸਕੇ ਅਥ ਸੋ ਸਿਰ ਜਲ ਪਪਣੈ, ਜੋ ਸਿਰ ਨਿਵੇਂ ਗੁਰ ਅਮਰ ਨਿਤ। ਤਨ ਤਨ ਸਾਹਿਬ ਸ਼੍ਰੀ ਗੁਰੂ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਜੀ ਵਿਖੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜ ਬੈਠੇ ਸਤਸੰਗੀ ਜਣੋ ਜੀ, ਸਾਰੇ ਫਤਿਹ ਦੀ ਸਾਂਝ ਬਖਸ਼ਿਸ਼ ਕਰੋ। ਸਾਰੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਜਸਕਰਨ ਸਿੰਘ ਜੀ ਹੋਰਾਂ ਨੇ ਬਹੁਤ ਹੀ ਪਿਆਰ ਦੇ ਨਾਲ ਕੀਰਤਨ ਸਰਵਣ ਕਰਵਾਇਆ ਹੈ। ਗੁਰਦੇਵ ਜੀ ਦੀ ਕਿਰਪਾ ਨਾਲ ਬੜੀ ਛੋਟੀ ਉਮਰ ਵਿੱਚ ਭਾਈ ਜਸਕਰਨ ਸਿੰਘ ਜੀ ਹੋਰਾਂ ਨੇ ਸਿੱਖ ਪੰਥ ਦਾ ਮਨ ਜਿੱਤਿਆ ਹੈ ਔਰ ਸਾਰਾ ਸਿੱਖ ਪੰਥ ਇਹਨਾਂ ਨੂੰ ਬੜਾ ਪਿਆਰ ਕਰਦਾ ਹੈ। ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਵਾਸਤੇ ਸਾਰੀ ਸੰਗਤ ਖੇਚਲ ਕਰੋ। ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਵਾਰੀ ਸਾਰੇ ਉੱਚੀ ਆਵਾਜ਼ ਵਿੱਚ ਕਿਰਪਾ ਕਰੋ, ਸਤਨਾਮ ਸ਼੍ਰੀ ਵਾਹਿਗੁਰੂ। ਪੱਟ ਸਾਹਿਬਾਨਾਂ ਦੀ ਬਾਣੀ 'ਚੋਂ ਇੱਕ ਸ਼ਬਦ ਦਾ ਪਾਠ ਆਪਾਂ ਸਰਵਣ ਕੀਤਾ ਹੈ।
ਭੱਟ ਜੀ ਕਹਿੰਦੇ ਨੇ ਚਰਨ ਉਹੀ ਸਫਲ ਨੇ ਜਿਹੜੇ ਚਰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਰਸਤੇ 'ਤੇ ਚੱਲਦੇ ਨੇ। ਚਰਨ ਤਾਂ ਪਰਸਕ ਅੱਥ ਚਰਨ ਗੁਰ ਅਮਰ ਪਵਲ ਰਹਿ, ਹੱਥ ਤਾਂ ਪਰਸਕ ਅੱਥ ਹੱਥ ਲੱਗੇ ਗੁਰ ਅਮਰ ਪੈ। ਹੱਥ ਉਹੀ ਸਫਲ ਨੇ ਜਿਹੜੇ ਹੱਥ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਨੂੰ ਛੂੰਹਦੇ ਨੇ। ਜੀਹੀ ਤਾਂ ਪਰਸਕ ਅੱਥ ਜੀਵ ਉਹੀ ਸਫਲ ਹੈ, ਰਸਨਾ ਉਹੀ ਸਫਲ ਹੈ, ਜੀਹੀ ਗੁਰੂ ਅਮਰ ਆਪਣੀ ਜੈ, ਜਿਹੜੀ ਸਾਡੀ ਜੀਭਾ ਗੁਰੂ ਅਮਰਦਾਸ ਜੀ ਦਾ ਨਾਮ ਲੈਂਦੀ ਹੈ ਉਹ ਜੀਭਾ ਸਫਲ ਹੈ। ਨੈਣ ਤਾਂ ਪਰਸਕ ਅੱਥ ਨੈਣ ਗੁਰ ਅਮਰ ਪਖਿਜੈ, ਨੇਤਰ ਉਹੀ ਸਫਲ ਨੇ ਜਿਹੜੇ ਨੇਤਰਾਂ ਨਾਲ ਗੁਰੂ ਅਮਰਦਾਸ ਜੀ ਦੇ ਦੀਦਾਰ ਹੁੰਦੇ ਨੇ। ਸਰਵਣ ਤਾਂ ਪਰਸਕ ਅੱਥ ਕੰਨ ਉਹੀ ਸਫਲ ਨੇ, ਸਰਵਣ ਗੁਰ ਅਮਰ ਸਨਿਜੈ, ਜਿਹੜੇ ਗੁਰੂ ਅਮਰਦਾਸ ਜੀ ਦਾ ਨਾਮ ਸੁਣਦੇ ਨੇ ਅਤੇ ਗੁਰੂ ਅਮਰਦਾਸ ਜੀ ਦੀ ਯਾਦ ਵਿੱਚ ਉਹਨਾਂ ਦੀ ਬਾਣੀ ਸੁਣਦੇ ਨੇ। ਸਕਿਆਥ ਸੋ ਹੀ ਉਹ ਜਿਤ ਹੀ ਬਸੈ, ਗੁਰ ਅਮਰਦਾਸ ਨਿਜ ਜਗਤ ਪਿਤ, ਉਹੀ ਹਿਰਦਾ ਸਫਲ ਹੈ ਜਿਸ ਹਿਰਦੇ ਵਿੱਚ ਜਗਤ ਅਤੇ ਪਿਤਾ ਗੁਰੂ ਅਮਰਦਾਸ ਮਹਾਰਾਜ ਟਿਕ ਜਾਂਦੇ ਨੇ। ਸਕਿਆਤ ਸੋ ਸਿਰ ਜਾਲ ਪਪਾਣੈ, ਜੋ ਸਿਰ ਨਿਵੇਂ ਗੁਰ ਅਮਰ ਨਿਤ, ਸਿਰ ਉਹੀ ਸਫਲ ਹੈ ਜਿਹੜਾ ਸਿਰ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ 'ਤੇ ਝੁਕਦਾ ਹੈ। ਜਿਸ ਗੁਰੂ ਵਿੱਚ ਇੰਨੀਆਂ ਬਖਸ਼ਿਸ਼ਾਂ ਹਨ ਸਾਧ ਸੰਗਤ, ਉਸ ਗੁਰੂ ਸਾਹਿਬ ਜੀ ਦਾ ਅਸੀਂ ਜੋਤੀ ਜੋਤ ਪੁਰਬ ਮਨਾ ਰਹੇ ਹਾਂ। ਐਸੇ ਦੀਨ ਦਿਆਲ ਸਤਿਗੁਰ ਜੀ ਦਾ ਪ੍ਰਕਾਸ਼, ਮੈਂ ਇੱਕ ਬੇਨਤੀ ਕਰਾਂਗਾ ਵੀ ਭਾਵੇਂ ਗੁਰੂ ਦੀ ਕਿਰਪਾ ਨਾਲ ਸਾਨੂੰ ਸਾਰਿਆਂ ਨੂੰ ਪਤਾ ਗੁਰੂ ਜੀ ਦੇ ਪਿਤਾ ਜੀ ਦਾ ਨਾਮ ਕੀ ਸੀ, ਮਾਤਾ ਜੀ ਦਾ ਨਾਮ ਕੀ ਸੀ, ਕਿਹੜਾ ਉਹਨਾਂ ਦਾ ਪਿੰਡ ਸੀ। ਪਰ ਮਹਾਰਾਜ ਕਹਿੰਦੇ ਨੇ ਇਹ ਚੰਗੇ ਪੁੱਤਰਾਂ ਦੀ ਨਿਸ਼ਾਨੀ ਹੁੰਦੀ ਹੈ, ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਐਸੇ ਦੀਨ ਦਿਆਲ ਸਤਿਗੁਰੂ ਜੀ ਦਾ ਪ੍ਰਕਾਸ਼ ਬਾਬਾ ਤੇਜ ਭਾਨ ਦੇ ਘਰ ਵਿੱਚ ਮਾਤਾ ਲੱਖੋ ਜੀ ਦੀ ਕੁੱਖ ਤੋਂ ਹੋਇਆ। ਮੈਂ ਤੁਹਾਨੂੰ ਨਹੀਂ, ਮੈਂ ਸਮੁੱਚੀ ਗੱਲ ਕਰਦਾ। ਸਿੱਖ ਨੂੰ ਘੱਟ ਤੋਂ ਘੱਟ ਇੰਨਾ ਕੁ ਤਾਂ ਇਤਿਹਾਸ ਆਉਣਾ ਚਾਹੀਦਾ ਨਾ, ਗੁਰੂ ਦੀ ਕਿਰਪਾ ਨਾਲ ਗੁਰੂ ਜੀ ਦੀ ਮਾਤਾ ਦਾ ਨਾਮ ਕੀ ਸੀ, ਪਿਤਾ ਜੀ ਦਾ ਨਾਮ ਕੀ ਸੀ, ਉਹਨਾਂ ਦੇ ਧੀਆਂ ਪੁੱਤਰਾਂ ਦਾ ਨਾਮ ਕੀ ਸੀ, ਕਿਹੜਾ ਸੀ ਪਿੰਡ ਸਾਡੇ ਗੁਰੂ ਸਾਹਿਬਾਨਾਂ ਦਾ, ਇਹ ਸਾਡਾ ਕੌਮੀ ਫਰਜ਼ ਹੈ। ਐਸੇ ਦੀਨ ਦਿਆਲ ਸਤਿਗੁਰੂ ਜੀ ਦਾ ਪ੍ਰਕਾਸ਼ ਪਿੰਡ ਬਾਸਰ ਕੇ ਵਿੱਚ ਬਾਬਾ ਤੇਜ ਭਾਨ ਜੀ ਦੇ ਘਰ ਵਿੱਚ ਮਾਤਾ ਲੱਖੋ ਜੀ ਦੀ ਕੁੱਖ ਤੋਂ ਹੋਇਆ। ਸੰਨ 1479 ਸੀ।
ਇਹਨਾਂ ਕਾਪਾਂ ਯਾਦ ਰੱਖੀਏ ਗੁਰੂ ਦੀ ਕਿਰਪਾ ਨਾਲ ਵੀ ਵੱਡੇ ਗੁਰੂ ਗੁਰੂ ਨਾਨਕ ਸਾਹਿਬ ਤੋਂ 10 ਸਾਲ ਛੋਟੇ ਸੀ ਬਾਬਾ ਅਮਰਦਾਸ। ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ 1469 ਵਿੱਚ ਹੋਇਆ, ਬਾਬਾ ਅਮਰਦਾਸ ਗੁਰਦੇਵ ਜੀ ਦਾ ਪ੍ਰਕਾਸ਼ 1479 ਵਿੱਚ ਹੋਇਆ, ਜਾਣੀ ਕਿ 10 ਸਾਲ ਦਾ ਫਰਕ ਹੈ। ਸ਼੍ਰੀ ਗੁਰੂ ਅਮਰਦਾਸ ਮਹਾਰਾਜ 24 ਸਾਲਾਂ ਦੇ ਹੋ ਗਏ, ਮਾਤਾ ਪਿਤਾ ਨੇ ਇਹਨਾਂ ਦਾ ਵਿਆਹ ਕਰ ਦਿੱਤਾ। ਅੰਮ੍ਰਿਤਸਰ ਤੋਂ ਥੋੜ੍ਹੀ ਦੂਰ ਜਾ ਕੇ ਇੱਕ ਰਮਦਾਸ ਨਗਰੀ ਹੈ, ਜਿਹੜੀ ਨਗਰੀ ਬਾਬਾ ਬੁੱਢਾ ਸਾਹਿਬ ਦੀ ਨਗਰੀ ਹੈ। ਰਮਦਾਸ ਤੋਂ ਅਗਲੇ ਪਾਸੇ ਰਾਵੀ ਦਰਿਆ ਹੈ, ਮੇਰਾ ਪਿੰਡ ਰਾਵੀ ਦਰਿਆ ਦੇ ਕਿਨਾਰੇ 'ਤੇ ਹੈ, ਜਿਹਦੇ ਕਰਕੇ ਸਾਨੂੰ ਤਜਰਬਾ ਵੀ ਹੈ, ਸੁਣੀ ਸੁਣਾਈ ਗੱਲ ਹੋਰ ਹੁੰਦੀ ਹੈ, ਅੱਖਾਂ ਨਾਲ ਵੇਖੀ ਹੋਰ ਹੁੰਦੀ। ਬਾਬਾ ਬੁੱਢਾ ਸਾਹਿਬ ਜੀ ਦੀ ਨਗਰੀ ਰਮਦਾਸ ਤੋਂ ਅੱਗੇ ਰਾਵੀ ਦਾ ਦਰਿਆ ਆਉਂਦਾ ਹੈ। ਰਾਵੀ ਜਦੋਂ ਪਾਰ ਹੋ ਜਾਈਏ ਤਾਂ ਪਾਕਿਸਤਾਨ ਵਾਲੇ ਪਾਸੇ ਇੱਕ ਸ਼ਹਿਰ ਹੈ ਛੋਟਾ ਜਿਹਾ, ਉਹਨੂੰ ਨਾਰੋਵਾਲ ਕਹਿੰਦੇ ਨੇ। ਨਾਰੋਵਾਲ ਤੋਂ 20-25 ਕੋਹ 'ਤੇ ਸਨਖੱਤਰਾ ਪਿੰਡ ਹੈ, ਜਿੱਥੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਵਿਆਹ ਹੋਇਆ 24 ਸਾਲ ਦੀ ਉਮਰ। ਬੜੀ ਧਾਰਮਿਕ ਬਿਰਤੀ ਵਾਲੇ ਸੀ ਬਾਬਾ ਅਮਰਦਾਸ। ਹਿੰਦੂ ਧਰਮ ਦੇ ਅਨੁਸਾਰ ਧਰਮ ਕਰਮ ਇਹੋ ਹੀ ਹੁੰਦੇ ਨੇ, ਦੇਵਤਿਆਂ ਦੇ ਦੇਵੀਆਂ ਦੇ ਮੰਦਰ ਜਾ ਕੇ ਵੇਖਣੇ, ਉੱਥੇ ਤੀਰਥ ਇਸ਼ਨਾਨ ਕਰਨਾ, ਬ੍ਰਾਹਮਣਾਂ ਨੂੰ ਦਾਨ ਪੁੰਨ ਕਰਨਾ। ਬਸ ਹਿੰਦੂ ਧਰਮ ਵਿੱਚ ਇਹੀ ਆਮ ਤੌਰ 'ਤੇ ਜ਼ਿਆਦਾ ਕਰਮ ਧਰਮ ਹੁੰਦਾ ਹੈ। ਤੀਰਥਾਂ ਦੀ ਯਾਤਰਾ ਕਰੋ, ਉੱਥੇ ਇਸ਼ਨਾਨ ਕਰੋ, ਮੰਦਰਾਂ ਦੇ ਦਰਸ਼ਨ ਕਰੋ, ਬ੍ਰਾਹਮਣ ਨੂੰ ਦਾਨ ਪੁੰਨ ਕਰੋ। ਸ਼੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ 42 ਸਾਲ ਦੇ ਸੀ ਜਦੋਂ ਪਹਿਲੀ ਵਾਰੀ ਹਰਿਦੁਆਰ ਗਏ। 42 ਸਾਲ ਦੀ ਉਮਰ 'ਚ ਪਹਿਲੀ ਵਾਰੀ ਗੰਗਾ 'ਤੇ ਇਸ਼ਨਾਨ ਕਰਨ ਗਏ, ਹਰਿਦੁਆਰ ਗਏ। ਇਤਿਹਾਸ ਕਹਿੰਦਾ ਵੀ 20 ਵਾਰ ਹਰ ਸਾਲ ਜਾਂਦੇ ਰਹੇ ਹਰਿਦੁਆਰ, ਔਰ ਸਾਲ ਵਿੱਚ ਸਾਧ ਸੰਗਤ ਤਕਰੀਬਨ 6 ਮਹੀਨੇ ਰਹਿੰਦੇ ਸੀ ਹਰਿਦੁਆਰ ਜਾ ਕੇ। ਇਤਿਹਾਸ ਕਹਿੰਦਾ ਵੀ ਉਦੋਂ 20ਵੀਂ ਵਾਰੀ ਮਹਾਰਾਜ ਗਏ ਸਨ। ਹਰਿਦੁਆਰ ਨੂੰ ਜਾਂਦੇ ਹੋਏ ਇੱਕ ਪਿੰਡ ਹੈ ਜਿਹਦਾ ਨਾਮ ਹੈ ਮਿਹੜਾ। ਮਿਹਰੇ ਪਿੰਡ ਦਾ ਇੱਕ ਬੜਾ ਮਸ਼ਹੂਰ ਜੋਤਿਸ਼ ਵਿੱਦਿਆ ਦਾ ਬੜਾ ਮਾਹਰ ਸੀ ਪੰਡਿਤ, ਉਹਦਾ ਨਾਮ ਦੁਰਗਾਦਾਸ ਆਇਆ। ਪਹਿਲਾਂ ਜਿਹੜੇ ਸਰਦੇ ਪੁੱਜਦੇ ਲੋਕ ਹੁੰਦੇ ਸੀ ਉਹ ਘਰ ਵਿੱਚ ਸਰਾਂ ਬਣਾ ਲੈਂਦੇ ਸੀ ਕਿ ਤੀਰਥਾਂ 'ਤੇ ਆਉਣ ਜਾਣ ਵਾਲੇ ਜਾਂ ਹੋਰ ਰਾਹੀ ਮੁਸਾਫਰ ਸਾਡੇ ਘਰ ਵਿੱਚ ਰਹਿ ਸਕਣ। ਇਹ ਜਿਹੜਾ ਦੁਰਗਾ ਬ੍ਰਹਮਦਾਸ ਸੀ ਇਹਨੇ ਛੋਟੀ ਜਿਹੀ ਸਰਾਂ ਬਣਾਈ ਸੀ, ਆਉਂਦੇ ਜਾਂਦੇ ਯਾਤਰੂ ਲੋਕ ਰਹਿੰਦੇ ਸੀ। ਬਾਬਾ ਅਮਰਦਾਸ ਜੀ ਸੰਗੀ ਸਾਥੀਆਂ ਦੇ ਨਾਲ ਹਰਿਦੁਆਰ ਤੋਂ ਆ ਰਹੇ ਸੀ, ਇਸ ਬ੍ਰਾਹਮਣ ਦੁਰਗਾਦਾਸ ਦੇ ਘਰ ਚਲੇ ਗਏ। ਇਤਿਹਾਸ ਕਹਿੰਦਾ ਵੀ ਥੱਕੇ ਟੁੱਟੇ ਸੀ ਬਾਬਾ ਅਮਰਦਾਸ ਜੀ,
ਲੰਮੇ ਪੈ ਗਏ, ਥੱਕੇ ਹੋਏ ਸੀ, ਉਹ ਨੀਂਦਰ ਆ ਗਈ। ਇਹ ਜਿਹੜਾ ਜੋਤਿਸ਼ ਵਿੱਦਿਆ ਦਾ ਮਾਹਰ ਸੀ ਨਾ ਦੁਰਗਾਦਾਸ, ਇਤਿਹਾਸ ਕਹਿੰਦਾ ਭਈ ਇਹਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵੱਲ ਸੁਭਾਵਕ ਹੀ ਵੇਖਿਆ, ਮਹਾਰਾਜ ਦੇ ਸੱਜੇ ਪੈਰ ਵਿੱਚ ਇਹਨੂੰ ਪਦਮ ਵਿਖਾਈ ਦਿੱਤਾ। ਬੜਾ ਹੈਰਾਨ ਹੋਇਆ ਕਿ ਇਹ ਯਾਤਰੂ ਕਿਹੜਾ ਹੈ। ਮੈਂ ਤਾਂ ਆਪਣੇ ਗ੍ਰੰਥਾਂ 'ਚ ਪੜ੍ਹਿਆ ਵੀ ਇਹ ਜਿਹੜਾ ਪਦਮ ਦਾ ਨਿਸ਼ਾਨ ਹੁੰਦਾ, ਜਿਹਦੇ ਪੈਰ ਵਿੱਚ ਪਦਮ ਦਾ ਨਿਸ਼ਾਨ ਹੋਏ ਜਾਂ ਫਿਰ ਉਹ ਕੋ ਅਵਤਾਰੀ ਪੁਰਸ਼ ਹੁੰਦਾ ਜਾਂ ਫਿਰ ਚੱਕਰਵਰਤੀ ਰਾਜਾ ਬਣਦਾ। ਬਸ ਦੋ ਬੰਦਿਆਂ ਦੇ ਹੁੰਦਾ ਪਦਮ ਦਾ ਨਿਸ਼ਾਨ ਸੱਜੇ ਪੈਰ ਵਿੱਚ। ਜਿੰਨਾ ਚਿਰ ਗੁਰੂ ਅਮਰਦਾਸ ਜੀ ਸੁੱਤੇ ਰਹੇ ਇਹ ਲਗਾਤਾਰ ਮਹਾਰਾਜ ਦੇ ਪੈਰ ਵੱਲ ਵਹਿੰਦਾ ਰਿਹਾ। ਉੱਧਰੋਂ ਦੁਪਹਿਰ ਲੰਘ ਗਈ, ਬਾਬਾ ਅਮਰਦਾਸ ਜੀ ਉੱਠ ਕੇ ਅਗਲੇ ਪਾਸੇ ਜਾਣ ਲੱਗੇ ਅਤੇ ਬਾਬਾ ਅਮਰਦਾਸ ਆਵਾਜ਼ ਮਾਰਦੇ ਨੇ, ਪੰਡਿਤ ਜੀ, ਹਾਂ ਬਾਬਾ ਜੀ। ਮਹਾਰਾਜ ਨੇ ਥੋੜ੍ਹੀ ਜਿਹੀ ਮਾਇਆ ਕੱਢੀ ਆਪਣੀ ਜੇਬ 'ਚੋਂ, ਮਾਇਆ ਕੱਢ ਕੇ ਕਹਿੰਦੇ ਨੇ, ਪੰਡਿਤ ਜੀ, ਤੀਰਥਾਂ 'ਤੇ ਆਉਣ ਜਾਣ ਵਾਲੇ ਲੋਕ ਤੁਹਾਡੇ ਘਰ ਵਿੱਚ ਆਉਂਦੇ ਨੇ, ਤੁਸੀਂ ਉਹਨਾਂ ਦੀ ਬੜੀ ਸੇਵਾ ਕਰਦੇ ਹੋ। ਪੰਡਿਤ ਜੀ, ਆਉਣ ਜਾਣ ਵਾਲਿਆਂ ਦੀ ਸੇਵਾ ਬੰਦ ਨਾ ਕਰਿਓ। ਪਤਾ ਨਹੀਂ ਕਿਹੜਾ ਕੋਈ ਭਾਗਾਂ ਵਾਲਾ ਮਹਾਂਪੁਰਖ ਹੁੰਦਾ, ਤੁਹਾਡੇ ਘਰ ਵਿੱਚ ਉਹਦੇ ਚਰਨ ਪੈ ਜਾਣਗੇ। ਆਉਣ ਜਾਣ ਵਾਲੇ ਬੜੇ ਇੱਥੇ ਤੀਰਥ ਯਾਤਰੀ ਆਉਂਦੇ ਨੇ ਅਤੇ ਇਹ ਸੇਵਾ ਬੰਦ ਨਾ ਕਰਿਓ। ਸਾਧ ਸੰਗਤ, ਸਾਡੇ ਪੰਜਾਬ ਵਿੱਚ ਇੱਕ ਰੀਤ ਹੁੰਦੀ ਸੀ, ਜਦੋਂ ਪੈਦਲ ਬਰਾਤ ਆਉਂਦੀਆਂ ਸੀ, ਕਈ ਜ਼ਿਮੀਂਦਾਰਾਂ ਨੇ ਬਰਾਤ ਨੂੰ ਕਹਿਣਾ ਮੇਰੇ ਖੇਤਾਂ ਵਿੱਚੋਂ ਦੀ ਲੰਘੋ। ਬਜ਼ੁਰਗ ਕਹਿੰਦੇ ਸੀ ਉਸ 200-300 ਆਦਮੀਆਂ 'ਚ ਪਤਾ ਨਹੀਂ ਕਿਹੜਾ ਕੋਈ ਚੰਗੀ ਕਿਸਮਤ ਵਾਲਾ ਹੋਏ, ਕੋਈ ਰੱਬ ਦਾ ਪਿਆਰਾ ਹੋਏ, ਉਹਦਾ ਸਾਡੇ ਖੇਤ ਵਿੱਚ ਪੈਰ ਪੈ ਜੇ ਅਤੇ ਸਾਡੇ ਬਾਰੇ ਨਿਆਰੇ ਹੋ ਜਾਣ। ਇਹ ਹੁਣ ਪਤਾ ਨਹੀਂ ਸਾਡੀ ਕਿਹੜੀ ਅਕਲ ਕਿੱਥੋਂ ਵਾਪਾ ਲਈ, ਪੰਜਾਬ ਦੀ ਧਰਤੀ 'ਤੇ ਦੁਆਈ ਰੱਬ ਦੀ, ਇੱਧਰ 10 ਏਕੜ ਪੈ ਲਈ ਆ ਪਰ ਬੰਨਾ ਨਹੀਂ ਛੱਡਣਾ, ਵੱਢ ਦੇਣਾ, ਤੁਰਿਆ ਨਹੀਂ ਜਾਂਦਾ ਬੰਨੇ 'ਤੇ। ਸਾਡੇ ਵੱਢ ਵਡੇਰੇ ਜਾਣ ਬੁੱਝ ਕੇ ਬਰਾਤਾਂ ਨੂੰ ਲੰਘਾਉਂਦੇ ਸੀ ਖੇਤ ਦੇ ਵਿੱਚੋਂ ਦੀ। ਬਾਬਾ ਅਮਰਦਾਸ ਕਹਿੰਦੇ ਨੇ, ਪੰਡਿਤ ਜੀ, ਆਉਣ ਜਾਣ ਵਾਲਿਆਂ ਦੀ ਸੇਵਾ ਬੰਦ ਨਾ ਕਰਿਓ, ਇਹ ਸੇਵਾ ਚਾਲੂ ਰੱਖਿਓ। ਅਤੇ ਜੇਬ 'ਚੋਂ ਮਾਇਆ ਕੱਢੀ ਬਾਬਾ ਅਮਰਦਾਸ ਨੇ। ਅੱਜ ਵੀ ਜਿਹੜੇ ਸਿਆਣੇ ਮਨੁੱਖ ਨੇ, ਕਿਤੇ ਵੀ ਗੁਰੂ ਘਰ 'ਚ ਲੰਗਰ ਛਕਣ, ਭਾਵੇਂ 10 ਰੁਪਈਏ ਪਾਉਣ, ਪਾਉਂਦੇ ਜ਼ਰੂਰ ਨੇ ਅਤੇ ਪਾਉਣੇ ਵੀ ਚਾਹੀਦੇ। ਗੁਰੂ ਸਾਹਿਬ ਦਾ ਲੰਗਰ ਸੰਗਤਾਂ ਦੇ ਸਿਰ 'ਤੇ ਚੱਲਦਾ ਔਰ ਸਿੱਖ ਦਾ ਇਹ ਕੌਮੀ ਫਰਜ਼ ਹੈ। ਬਾਬਾ ਅਮਰਦਾਸ ਜੀ ਨੇ ਮਾਇਆ ਕੱਢੀ ਅਤੇ ਬਾਬਾ ਅਮਰਦਾਸ ਕਹਿੰਦੇ ਨੇ, ਪੰਡਿਤ ਜੀ, ਮੈਂ ਤੁਹਾਨੂੰ ਥੋੜ੍ਹੀ ਜਿਹੀ ਦਰਸ਼ਨਾ ਦੇਣੀ ਚਾਹੁੰਦਾ। ਪੰਡਿਤ ਦੁਰਗਾਦਾਸ ਕਹਿਣ ਲੱਗਾ, ਬਾਬਾ ਜੀ, ਇਹ ਮਾਇਆ ਮੈਂ ਹੁਣ ਨਹੀਂ ਲੈਣੀ, ਕੋਈ ਸਮਾਂ ਆਏਗਾ ਫਿਰ ਤੁਹਾਡੇ ਕੋਲ ਮਾਇਆ ਲਵਾਂਗਾ।
ਬਾਬਾ ਮਰਦਾਸ ਕਹਿੰਦੇ ਨੇ ਕਦੋਂ ਆਉਣਾ ਉਹ ਸਮਾਂ? ਪੰਡਿਤ ਦੁਰਗਾਦਾਸ ਕਹਿਣ ਲੱਗਾ, ਬਾਬਾ ਜੀ ਕੋਈ ਦਿਨ ਆਵੇਗਾ, ਤੁਸੀਂ ਗਾਂਹ ਜਾ ਕੇ ਵੇਖਿਓ, ਤੁਹਾਡੇ ਸੱਜੇ ਪੈਰ ਦੇ ਵਿੱਚ, ਪੱਖਾ ਬੰਦ ਹੋ ਸਕਦਾ ਜੇ ਹੋ ਸਕਦਾ ਤਾਂ ਕਰ ਦਿਓ, ਕਿਰਪਾ ਕਰਿਓ, ਸਾਰੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਪੰਡਿਤ ਕਹਿਣ ਲੱਗਾ, ਬਾਬਾ ਜੀ ਤੁਹਾਡੇ ਸੱਜੇ ਪੈਰ ਵਿੱਚ ਪਦਮ ਦਾ ਨਿਸ਼ਾਨ ਹੈ, ਜਿਹਦੇ ਪੈਰਾਂ ਵਿੱਚ ਪਦਮ ਦਾ ਨਿਸ਼ਾਨ ਹੋਏ, ਸਾਧ ਸੰਗਤ ਇਤਿਹਾਸ ਉਹੀ ਮੰਨਿਆ ਜਾ ਸਕਦਾ ਜਿਹੜਾ ਗੁਰਬਾਣੀ ਦੀ ਕਸਵੱਟੀ 'ਤੇ ਪੂਰਾ ਉਤਰੇ। ਪੰਡਿਤ ਕਹਿੰਦਾ, ਬਾਬਾ ਜੀ ਤੁਹਾਡੇ ਸੱਜੇ ਪੈਰ ਵਿੱਚ ਪਦਮ ਦਾ ਨਿਸ਼ਾਨ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਲਿਖਿਆ ਵੀ ਬਾਬਾ ਅਮਰਦਾਸ ਜੀ ਦੇ ਸੱਜੇ ਹੱਥ ਵਿੱਚ ਵੀ ਇੱਕ ਪਦਮ ਦਾ ਨਿਸ਼ਾਨ ਸੀ। ਬਾਰਿਜ ਕਰ ਦਹਿਨ ਹੈ ਸਿੱਧ ਸਨਮੁਖ ਮੁਖ ਜੋ ਵੈ। ਬਾਰਿਜ ਕਹਿੰਦੇ ਨੇ ਪਦਮ ਨੂੰ, ਗੁਰੂ ਅਮਰਦਾਸ ਜੀ ਦੇ ਸੱਜੇ ਹੱਥ ਵਿੱਚ ਵੀ ਪਦਮ ਸੀ, ਇਹ ਬਾਣੀ ਦਾ ਫਰਮਾਨ ਹੈ, ਭੱਟ ਸਾਹਿਬਾਨਾਂ ਦਾ। ਆ ਜਿਹੜੀਆਂ ਰਿੱਧੀਆਂ ਸਿੱਧੀਆਂ ਆਪਾਂ ਕਹਿੰਦੇ ਹਾਂ ਨਾ, ਮਹਾਰਾਜ ਦੀ ਬਾਣੀ 'ਚ ਆਇਆ ਭੱਟ ਸਾਹਿਬਾਨ ਕਹਿੰਦੇ ਨੇ ਸਿੱਧ ਸਨਮੁਖ ਮੁਖ ਜੋ ਵੈ। ਇਹ ਰਿੱਧੀਆਂ ਸਿੱਧੀਆਂ ਜਿਹੜੀਆਂ ਨੇ ਬਾਬਾ ਅਮਰਦਾਸ ਜੀ ਦੇ ਮੁਖ ਵੱਲ ਲਗਾਤਾਰ ਵਹਿੰਦੀਆਂ ਨੇ ਵੀ ਹੁਕਮ ਕਰੋ ਵੀ ਕਿਹਦੇ ਕਰ ਜਾਣਾ। ਸਿੱਧ ਸਨਮੁਖ ਮੁਖ ਜਾਵੈ, ਸਿੱਧ ਸਨਮੁਖ ਮੁਖ ਜੋ ਵੈ, ਰਿੱਧ ਵਸੈ ਬਾਬਾਂਗ। ਆ ਜਿਹੜੇ ਰਿੱਧੀਆਂ ਹੁੰਦੀਆਂ ਨੇ, ਰਿੱਧੀਆਂ, ਕਈ ਬੰਦੇ ਆਉਂਦੇ ਹੋਏ ਇਹ ਕੰਮ ਤੇ ਖੱਬੇ ਹੱਥ ਦਾ ਹੁੰਦਾ। ਭੱਟ ਜੀ ਕਹਿੰਦੇ ਨੇ ਇਹ ਜਿਹੜੇ ਰਿੱਧੀਆਂ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਖੱਬੇ ਹੱਥ ਦਾ ਕੰਮ ਹੈ। ਖੱਬੇ, ਅਸੀਂ ਤੇ ਐਵੇਂ ਧੱਕੇ ਖਾਧੇ ਫਿਰਦੇ ਇੱਧਰ, ਅਸੀਂ ਤੇ ਐਵੇਂ, ਸਾਨੂੰ ਆਪਣੇ ਗੁਰੂ ਦੀ ਸਾਰੀ ਕੋਈ ਨਹੀਂ, ਪਛਾਣ ਹੀ ਕੋਈ ਨਹੀਂ। ਜੇ ਸਾਨੂੰ ਕਦਰ ਹੋਏ ਤੇ ਸਿੱਖ ਕਦੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਨਾ ਜਾਏ। ਜਿਹੜੀਆਂ ਰਿੱਧੀਆਂ ਸਿੱਧੀਆਂ ਪਿੱਛੇ ਅਸੀਂ ਭੱਜੇ ਫਿਰਦੇ ਹਾਂ, ਮਹਾਰਾਜ ਦੀ ਬਾਣੀ 'ਚ ਭੱਟ ਜੀ ਕਹਿੰਦੇ ਨੇ ਉਹ ਤੁਹਾਡੇ ਗੁਰੂ ਅਮਰਦਾਸ ਦੇ ਸੱਜੇ ਹੱਥ ਵਿੱਚ ਪਦਮ ਹੈ, ਸਿੱਧੀਆਂ ਲਗਾਤਾਰ ਹੱਥ ਜੋੜ ਕੇ ਖੜੀਆਂ ਨੇ ਜੀ, ਹੁਕਮ ਕਰੋ ਕਿਹਦੇ ਕਰ ਜਾਣਾ। ਰਿੱਧੀਆਂ ਜਿਹੜੀਆਂ ਨੇ ਖੱਬੇ ਪਾਸੇ ਖੜੀਆਂ ਰਹਿੰਦੀਆਂ ਬਾਬੇ ਅਮਰਦਾਸ ਦੇ, ਜੋ ਤੀਹ ਲੋਕਾਂ ਤਰ ਮੋਹਿਆ, ਜਿਹੜੀਆਂ ਰਿੱਧੀਆਂ ਸਿੱਧੀਆਂ ਨੇ ਤਿੰਨਾਂ ਲੋਕਾਂ ਨੂੰ ਮੋਇਆ ਹੋਇਆ। ਚਲੋ ਖੈਰ, ਪੰਡਿਤ ਕਹਿਣ ਲੱਗਾ, ਬਾਬਾ ਜੀ ਅਜੇ ਮਾਇਆ ਨਹੀਂ ਲੈਣੀ, ਕੋ ਸਮਾਂ ਆਏਗਾ ਤੁਸੀਂ ਸਮਰੱਥ ਹੋਵੋਗੇ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਪੰਡਿਤ ਜੀ ਮੈਨੂੰ ਵੀ ਪਤਾ ਲੱਗੇ ਵੀ ਕੀ ਹੋਇਆ, ਕੀ ਹੋਏਗਾ, ਕੀ ਮੈਂ ਬਣਾਂਗਾ, ਮੈਨੂੰ ਵੀ ਕੋਈ ਪਤਾ ਲੱਗੇ, ਮੈਨੂੰ ਮਾਫ ਕਰਨਾ। ਅਸਲ ਵਿੱਚ ਬਾਬਾ ਅਮਰਦਾਸ ਜੀ ਇਹ ਸੋਚਦੇ ਸੀ, ਜਿੰਨੀ ਠੱਗੀ ਧਰਮ ਦੀ ਦੁਨੀਆਂ ਵਿੱਚ ਆ ਨਾ, ਬਾਕੀ ਦੁਨੀਆਂ ਵਿੱਚ ਇੰਨੀ ਠੱਗੀ ਨਹੀਂ ਹੁੰਦੀ। ਲੋਕ ਸ਼ਰਧਾ ਭਾਵਨਾ ਲੈ ਕੇ ਆਉਂਦੇ ਨੇ, ਮੇਰੇ ਵਰਗੇ ਦੰਭੀ ਅਤੇ ਪਖੰਡੀ ਉਹਨਾਂ ਭਾਵਨਾਵਾਂ ਦਾ ਨਜਾਇਜ਼ ਫਾਇਦਾ ਲੈਂਦੇ ਨੇ, ਇਹੀ ਉਹਨਾਂ ਦੀ ਰੋਜ਼ੀ ਰੋਟੀ ਦਾ ਸਾਧਨ ਹੁੰਦਾ ਹੈ। ਬਾਬਾ ਅਮਰਦਾਸ ਕਹਿੰਦੇ, ਪੰਡਿਤ ਜੀ ਮੈਨੂੰ ਵੀ ਕੋਈ ਪਤਾ ਲੱਗੇ ਵੀ ਕੀ ਤੁਸੀਂ ਵੇਖਿਆ, ਕੀ ਹੋਏਗਾ। ਪੰਡਿਤ ਕਹਿਣ ਲੱਗਾ, ਬਾਬਾ ਜੀ ਤੁਹਾਡੇ ਪੈਰ ਵਿੱਚ ਮੈਂ ਪਦਮ ਦੇਖਿਆ,
ਫਿਰ ਕਹਿੰਦੇ ਨੇ ਤਉ ਅਗਾਰੀ ਹੋਏ ਗੋ ਪ੍ਰਭ ਜੋਤ ਮਿਲੇ ਹੈ, ਜਾਂ ਤੁਹਾਨੂੰ ਪ੍ਰਭੂ ਦੀ ਜੋਤ ਮਿਲੇਗੀ, ਅਵਤਾਰੀ ਪੁਰਸ਼ ਹੋਵੋਗੇ ਗਾਂ ਜਾ ਕੇ। ਤਉ ਅਗਾਰੀ ਹੋਏ ਗੋ ਪ੍ਰਭ ਜੋਤ ਮਿਲੇ ਹੈ, ਚੱਕਰਵਰਤੀ ਰਾਜਾ ਕਿਦੋਂ ਕਿਸ ਕਾਲ ਬਣਿਆ, ਜਾਂ ਤੁਸੀਂ ਚੱਕਰਵਰਤੀ ਰਾਜੇ ਬਣੋਗੇ, ਜਾਂ ਤੁਸੀਂ ਅਵਤਾਰੀ ਪੁਰਸ਼ ਬਣੋਗੇ। ਇਨ ਦੋਇਨ ਬਿਨ ਅਪਰਨ ਕੋ ਪਦਮ ਰੇਖੇ ਮਤਾਰੇ ਦੋ। ਪੰਡਿਤ ਕਹਿਣ ਲੱਗਾ, ਬਾਬਾ ਜੀ ਇਹਨਾਂ ਦੋਨਾਂ ਤੋਂ ਬਿਨਾਂ ਕੋਈ ਤੀਜੀ ਗੱਲ ਨਹੀਂ। ਮਾਇਆ ਮੈਂ ਇਸ ਕਰਕੇ ਨਹੀਂ ਲੈਣੀ, ਜੇ ਮੈਂ ਮਾਇਆ ਲੈ ਲਈ ਤੇ ਬਾਬਾ ਜੀ ਤੁਸਾਂ ਕਹਿਣਾ ਪਦਮ ਪੁਦਮ, ਐਵੇਂ ਪੰਡਿਤ ਗੱਪਾਂ ਮਾਰਦਾ ਭੇਟਾ ਲੈਣ ਵਾਸਤੇ, ਮਾਇਆ ਲੈਣ ਵਾਸਤੇ ਮੈਨੂੰ ਪਦਮ ਕਹਿੰਦਾ ਤੇਰੇ। ਬਾਬਾ ਜੀ ਮੈਂ ਅੱਜ ਮਾਇਆ ਨਹੀਂ ਲੈਣੀ, ਕੋ ਸਮਾਂ ਆਏਗਾ ਤੇ ਲਵਾਂਗਾ। ਇਤਿਹਾਸ ਦੇ ਬਚਨ ਨੇ ਵੀ ਪੰਡਿਤ ਕਹਿਣ ਲੱਗਾ ਬਾਬਾ ਅਮਰਦਾਸ ਜੀ ਦੇ ਚਰਨ ਫੜ ਕੇ, ਪੰਡਿਤ ਕਹਿਣ ਲੱਗਾ ਮਹਾਰਾਜ ਬਾਬਾ ਜੀ ਇੱਕ ਵਾਰੀ ਆਪਣੀ ਰਸਨਾ ਤੋਂ ਕਹਿ ਦਿਓ। ਅਬ ਮੁਝ ਸੋ ਕਹਿ ਦੀਜੀਏ ਬਾਂਸ਼ਤ ਹਮ ਲੈ ਹੈ। ਬਾਬਾ ਜੀ ਇੱਕ ਵਾਰੀ ਆਪਣੀ ਰਸਨਾ ਤੋਂ ਮੁੱਖ ਤੋਂ ਕਹਿ ਦਿਓ, ਪੰਡਤਾ ਜਦੋਂ ਸਮਾਂ ਆਇਆ ਤੈਨੂੰ ਮੈਂ ਮੂੰਹ ਮੰਗੀਆਂ ਮਰਾਦਾ ਦਿਆਂਗਾ। ਇੱਕ ਵਾਰੀ ਆਪਣੀ ਰਸਨਾ ਤੋਂ ਕਹਿ ਦਿਓ। ਮੈਂ ਹੈਰਾਨ ਹੁੰਦਾ ਵੀ ਪੰਡਿਤ ਨੂੰ ਇੰਨਾ ਵਿਸ਼ਵਾਸ ਹੈ ਵੀ ਇਹ ਬਾਬਾ ਬਚਨ ਦਾ ਬੜਾ ਪੱਕਾ, ਜੇ ਇਹਨੇ ਮੁੱਖ ਤੋਂ ਕਹਿਤਾ ਨਾ ਤੇ ਫਿਰ ਮੇਰੀਆਂ ਮੁਰਾਦਾਂ ਪੂਰੀਆਂ ਕਰੇਗਾ। ਅਬ ਮੁਝ ਸੋ ਕਹਿ ਦੀਜੀਏ ਬਾਂਸ਼ਤ ਹਮਲ। ਇੱਕ ਵਾਰੀ ਕਹਿ ਦਿਓ ਪੰਡਤਾ ਜਦੋਂ ਸਮਾਂ ਆਇਆ ਫਿਰ ਤੈਨੂੰ ਮੂੰਹ ਮੰਗੀਆਂ ਮੁਰਾਦਾਂ ਦਿਆਂਗਾ। ਭਾਈ ਸਾਹਿਬ ਕਹਿੰਦੇ ਨੇ ਸੁਣ ਪ੍ਰਸੰਨ ਚਿਤ ਅਤ ਪਏ ਹੋਵੋ ਬਚ ਸਾਚਾ। ਮਹਾਰਾਜ ਹੱਸ ਕੇ ਕਹਿਣ ਲੱਗੇ ਪੰਡਤਾ ਜੇ ਤੇਰਾ ਬਚਨ ਸੱਚਾ ਹੋ ਗਿਆ ਨਾ, ਮਿਲੋ ਹਮੇ ਤਬ ਆਣ ਕੇ ਲੇਹੋ ਜੋ ਬਰ ਬਾਚਾ। ਪੰਡਿਤ ਜੀ ਜੋ ਫਿਰ ਤੁਸੀਂ ਮੰਗੋਗੇ ਆਪਾਂ ਉਹੀ ਦਿਆਂਗੇ, ਜੇ ਇਹੋ ਜਿਹਾ ਸਮਾਂ ਆਇਆ ਤੁਸੀਂ ਮੈਨੂੰ ਆਣ ਕੇ ਮਿਲਿਓ, ਮੈਨੂੰ ਚੇਤਾ ਕਰਾਇਓ, ਜੋ ਮਨ 'ਚ ਧਾਰੋਗੇ ਉਹੀ ਦਿਆਂਗੇ। ਸਾਸੰਗ ਇਤਿਹਾਸ ਕਹਿੰਦਾ ਵੀ ਜਦੋਂ ਗੁਰੂ ਅਮਰਦਾਸ ਫਿਰ ਗੁਰੂ ਬਣ ਗਏ ਫਿਰ ਹਰਿਦੁਆਰ ਗਏ। ਤੀਰਥ ਉੱਦਮ ਸਤਿਗੁਰ ਕੀਆ ਸਭ ਲੋਕ ਉਦਰ ਨਰਥ ਹੈ, ਲੋਕਾਂ ਦੇ ਉਧਾਰ ਵਾਸਤੇ, ਲੋਕਾਂ ਦੀ ਕਲਿਆਣ ਵਾਸਤੇ ਹਜ਼ੂਰ ਗੁਰੂ ਬਣਨ ਤੋਂ ਬਾਅਦ ਹਰਿਦੁਆਰ ਗਏ ਵੀ ਇੱਥੇ ਲੋਕ ਬੜੇ ਇਕੱਠੇ ਹੁੰਦੇ ਨੇ, ਦੁਨੀਆਂ ਬੜੀ ਇਕੱਠੀ ਹੁੰਦੀ ਹੈ, ਇਹ ਲੋਕ ਭਰਮਾਂ 'ਚ ਪਏ ਹੋਏ ਨੇ, 20 ਸਾਲ ਤੇ ਮੈਂ ਵੀ ਇਸ ਹਰਿਦੁਆਰ ਆਇਆ। ਉਹਨਾਂ ਨੂੰ ਰੱਬ ਨਾਲ ਜੋੜਨ ਵਾਸਤੇ ਹਜ਼ੂਰ ਜਦੋਂ ਗਏ ਨਾ ਗੁਰੂ ਬਣਨ ਤੋਂ ਬਾਅਦ, ਮੇਰੇ ਪਿੰਡ ਦੇ ਬਾਰ ਬਾਰ ਫਿਰ ਮਹਾਰਾਜ ਨੇ ਡੇਰਾ ਕੀਤਾ। ਜਿੱਥੋਂ ਦੀ ਗੁਰੂ ਅਮਰਦਾਸ ਲੰਘਦੇ ਜਾਂਦੇ ਨੇ ਸਿੱਖ ਨਾਲ ਤੁਰੀ ਜਾਂਦੇ ਨੇ। ਇਤਿਹਾਸ ਕਹਿੰਦਾ ਵੀ ਸੈਂਕੜੇ ਸਿੱਖ ਸੀ ਮਹਾਰਾਜ ਦੇ ਨਾਲ, ਮੇਰੇ ਪਿੰਡ ਤੋਂ ਬਾਹਰ ਮਹਾਰਾਜ ਨੇ ਡੇਰਾ ਕਰ ਲਿਆ, ਪਿੰਡ ਦੇ ਲੋਕ ਦੌੜੇ ਜਾਂਦੇ ਨੇ। ਅਸਲ ਵਿੱਚ ਪੂਰੇ ਗੁਰੂ ਦਾ ਜਿਹੜਾ ਪ੍ਰਤਾਪ ਹੈ ਇਸ ਤਰ੍ਹਾਂ ਹੀ ਹੁੰਦਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਜਦੋਂ ਕਰਤਾਰਪੁਰ ਖੇਤੀ ਕਰਦੇ ਸੀ ਨਾ ਬਾਬਾ ਨਾਨਕ ਜੀ, ਪਤਾ ਲੱਗਾ ਸ਼ਿਵਰਾਤਰੀ ਦਾ ਮੇਲਾ ਆ ਗਿਆ ਅਚਲ ਬਟਾਲੇ। ਉਹ ਮੈਂ ਸਾਖੀ ਨਹੀਂ ਸੁਣਾਉਣੀ, ਚੇਤਾ ਕਰਾਉਣਾ ਚਾਹੁੰਦਾ ਗੁਰੂ ਦੀ ਕਿਰਪਾ ਨਾਲ।
ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਮੇਲਾ ਸੁਣ ਸ਼ਿਵਰਾਤ ਦਾ, ਬਾਬਾ ਅਚਲ ਬਟਾਲੇ ਆਈ, ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਪਈ ਲੁਕਾਈ। ਜਦੋਂ ਪਤਾ ਲੱਗਵੇ ਬਾਬਾ ਨਾਨਕ ਜੀ ਕਰਤਾਰਪੁਰ ਤੋਂ ਸ਼ਿਵਰਾਤਰੀ ਦੇ ਮੇਲੇ 'ਤੇ ਆਏ ਨੇ, ਜਿੰਨੇ ਲੋਕ ਲੱਖਾਂ ਨਾਲ ਆਏ ਸੀ ਨਾ ਸਿੱਧਾਂ ਦੇ ਆਸ਼ੀਰਵਾਦ ਲੈਣ, ਦੁਨੀਆਂ 'ਤੇ ਉਲਟ ਗਈ ਪੈ ਗਈ ਬਾਬੇ ਦੇ ਚਰਨਾਂ ਵਾਲ। ਭਾਈ ਸਾਹਿਬ ਕਹਿੰਦੇ ਨੇ, ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਪਈ ਲੁਕਾਈ, ਲੱਗੀ ਬਰਸ਼ਨ ਲਛਮੀ ਰਿੱਦ ਸਿੱਧ ਨੌ ਨਿੱਧ ਸੁਆਈ। ਮਾਇਆ ਦਾ ਮੀਂਹ ਵਰ ਗਿਆ ਬਾਬੇ ਦੇ ਚਰਨਾਂ ਦੇ। ਪੂਰੇ ਗੁਰੂ ਦਾ ਪ੍ਰਤਾਪ ਹੀ ਇੰਨਾ ਹੁੰਦਾ ਵੀ ਮੇਰੇ ਪਿੰਡ ਦੇ ਕੀ ਜਵਾਨ ਕੀ ਬਜ਼ੁਰਗ ਕੀ ਸਭ ਦੌੜੇ ਜਾਣ। ਪੰਡਿਤ ਨੂੰ ਪਤਾ ਲੱਗਾ ਕੋਈ ਮਹਾਂਪੁਰਖ ਆਏ ਨੇ, ਉਹੀ ਪੰਡਿਤ। ਪੰਡਿਤ ਗਿਆ, ਇਹਨੇ ਜਾ ਕੇ ਮੱਥਾ ਟੇਕਿਆ, ਛੱਤਰ ਝੁਲਦਾ ਪਿਆ ਸੀ, ਚੌਰ ਸਾਹਿਬ ਹੋ ਰਿਹਾ ਸੀ, ਮੱਥਾ ਟੇਕਣ ਵਾਲਿਆਂ ਦੀ ਵਾਰੀ ਨਹੀਂ ਸੀ ਆਉਂਦੀ। ਪੰਡਿਤ ਇੱਧਰ ਉੱਧਰ ਹੋ ਕੇ ਮੱਥਾ ਟੇਕ ਕੇ ਕਹਿੰਦਾ, ਮਹਾਰਾਜ ਮਹਾਰਾਜ ਮੈਂ ਉਹੀ ਪੰਡਿਤ ਹਾਂ ਜਿਹਦੇ ਘਰ ਤੁਸੀਂ ਆਉਂਦੇ ਜਾਂਦੇ ਦੁਪਹਿਰ ਕੱਢਦੇ ਹੁੰਦੇ ਸੀ, ਅਤੇ ਮੈਂ ਤੁਹਾਨੂੰ ਕਿਹਾ ਸੀ, ਤੁਸੀਂ ਮੈਨੂੰ ਮਾਇਆ ਦੇਣ ਲੱਗੇ ਸੀ, ਅਤੇ ਮਹਾਰਾਜ ਮੈਂ ਤੁਹਾਨੂੰ ਕਿਹਾ ਸੀ ਮਾਇਆ ਲਵਾਂਗਾ ਜਦੋਂ ਸਮਾਂ ਆਏਗਾ। ਪੰਡਿਤ ਮਹਾਰਾਜ ਦੇ ਚਰਨ ਫੜ ਕੇ ਕਹਿੰਦਾ, ਮਹਾਰਾਜ ਉਹ ਸਮਾਂ ਆ ਗਿਆ। ਮਹਾਰਾਜ ਤੁਸਾਂ ਮੇਰੇ ਨਾਲ ਇੱਕ ਬਚਨ ਕੀਤਾ ਸੀ, ਪੰਡਿਤਾ ਜੇ ਤੇਰਾ ਬਚਨ ਸੱਚਾ ਹੋ ਗਿਆ ਜੋ ਮੰਗੇਗਾ ਉਹੀ ਦਿਆਂਗੇ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਪੰਡਿਤਾ ਮੇਰੇ ਕਾਲ ਪੁਰਖ ਦੀ ਕਿਰਪਾ ਨਾ ਹੁਣ ਸਾਡਾ ਸ੍ਰਿਸ਼ਟੀ ਦੇ ਤਿੰਨਾਂ ਲੋਕਾਂ 'ਚ ਹੁਕਮ ਚੱਲਦਾ। ਪੰਡਿਤਾ ਦੱਸ ਤੈਨੂੰ ਕੀ ਚਾਹੀਦਾ। ਮਹਾਰਾਜ ਕਹਿੰਦੇ ਨੇ, ਪੰਡਿਤ ਜੀ ਦੋ ਸੁੱਖ ਨੇ, ਇੱਕ ਤੇ ਲੋਕ ਦਾ ਸੁੱਖ ਹੈ, ਇੱਕ ਪਰਲੋਕ ਦਾ ਸੁੱਖ ਹੈ। ਹੁਣ ਦੱਸ ਤੈਨੂੰ ਲੋਕ ਦਾ ਸੁੱਖ ਚਾਹੀਦਾ ਕਿ ਪਰਲੋਕ ਦਾ ਸੁੱਖ ਚਾਹੀਦਾ। ਮੈਨੂੰ ਮੁਆਫ਼ ਕਰਨਾ, ਜੇ ਸਾਡੇ ਵਰਗਾ ਹੁੰਦਾ ਨਾ ਸੁਵਰਡਨ ਸਾਹਿਬ, ਮੈਂ ਇੰਨਾ ਤੁਹਾਡੀ ਨਹੀਂ ਗੱਲ ਕਰਦਾ, ਮੈਂ ਕਹਿੰਦਾ ਜੇ ਸਾਡੇ ਵਰਗਾ ਹੁੰਦਾ ਸੀ ਆਖਣਾ ਜੀ ਲੋਕ ਦਿਓ, ਪਰ ਲੋਕ ਵੇਖਿਆ ਕਿਸੇ ਨੇ। ਮਹਾਰਾਜ ਕਹਿੰਦੇ, ਪੰਡਿਤਾਂ ਮੇਰੇ ਕਾਲ ਪੁਰਖ ਦੀ ਕਿਰਪਾ ਨਾ ਤਿੰਨਾਂ ਲੋਕਾਂ 'ਚ ਹੁਣ ਸਾਡਾ ਹੁਕਮ ਚੱਲਦਾ, ਹੁਣ ਦੱਸ ਵੀ ਲੋਕ ਦਾ ਸੁੱਖ ਚਾਹੀਦਾ ਕਿ ਪਰਲੋਕ ਦਾ ਸੁੱਖ ਚਾਹੀਦਾ। ਮਹਾਰਾਜ ਕਹਿੰਦੇ, ਪੰਡਿਤਾ ਇੱਕ ਨਾਮ ਦਾ ਧਨ ਹੁੰਦਾ, ਇੱਕ ਦੁਨੀਆਂ ਦਾ ਧਨ ਹੁੰਦਾ। ਨਾਮ ਲੈਣਾ ਤੇ ਨਾਮ ਮੰਗ ਲੈ, ਦੁਨੀਆਂ ਵਾਲਾ ਧਨ ਚਾਹੀਦਾ ਦੁਨੀਆਂ ਵਾਲਾ ਧਨ ਮੰਗ ਲੈ, ਲੋਕ ਦੇ ਸੁੱਖ ਮੰਗਣੇ ਲੋਕ ਦਾ ਸੁੱਖ ਮੰਗ ਲਾ, ਪਰਲੋਕ ਦਾ ਸੁੱਖ ਮੰਗਣਾ ਪਰਲੋਕ ਦਾ ਸੁੱਖ ਮੰਗਣਾ। ਕਹਿੰਦੇ ਨੇ ਪੰਡਿਤ ਚੁੱਪ ਹੋ ਗਿਆ। ਇੱਕ ਘੜੀ ਪੰਡਿਤ ਚੁੱਪ ਰਿਹਾ, ਜਾਣੀ ਕਿ 24 ਮਿੰਟ ਚੁੱਪ ਰਿਹਾ ਪੰਡਿਤ। ਮਹਾਰਾਜ ਦੂਜੀ ਸੰਗਤ ਨਾਲ ਗੱਲਾਂ ਬਾਤਾਂ ਕਰਨ ਲੱਗ ਪਏ, ਲੋਕ ਦੁੱਖ ਸੁੱਖ ਕਰਦੇ ਨੇ। ਮਹਾਰਾਜ ਇੱਕ ਘੜੀ ਬਾਅਦ 24 ਮਿੰਟਾਂ ਬਾਅਦ ਹਜ਼ੂਰ ਹੱਸ ਕੇ ਕਹਿੰਦੇ, ਪੰਡਿਤਾ ਚੁੱਪ ਕਿਉਂ ਕਰ ਗਿਆ ਭਾਈ, ਮੰਗ ਕੁਛ। ਪੰਡਿਤ ਫਿਰ ਕਹਿਣ ਲੱਗਾ, ਮਹਾਰਾਜ ਤੁਸੀਂ ਕਹਿੰਦੇ ਹੋ ਜਾਂ ਲੋਕ ਮੰਗ ਲਿਆ ਜਾਂ ਪਰਲੋਕ ਮੰਗ ਲਿਆ ਜਾਂ ਨਾਮ ਮੰਗ ਲਿਆ ਜਾਂ ਧਨ ਮੰਗ ਲੈ, ਮਹਾਰਾਜ ਮੈਂ ਸੋਚਦਾ ਜੋ ਨਾਮ ਦੇਹੇ ਧਨ ਦੇਣ ਜਨ ਕੋ, ਧਨ ਬਿਨਾ ਜਨ ਜਗ ਨਾ ਸੁਹਾਏ। ਮਹਾਰਾਜ ਮੈਂ ਇਸ ਕਰਕੇ ਚੁੱਪ ਹੈ, ਮੈਂ ਸੋਚੀ ਪੈ ਗਿਆ ਵੀ ਜੇ ਤੁਹਾਡੇ ਕੋਲੋਂ ਨਾਮ ਮੰਗ ਲਿਆ ਪਰਲੋਕ ਮੰਗ ਲਿਆ, ਤੇ ਮਹਾਰਾਜ ਦੁਨੀਆਂ ਵਿੱਚ ਕੰਗਾਲਾਂ ਦੀ ਤਰ੍ਹਾਂ ਭਟਕਦਾ ਰਹਾਂਗਾ, ਮੰਗਦਾ ਰਹਾਂਗਾ,
ਜੇ ਮੈਂ ਪਰਲੋਕ ਮੰਗ ਲਿਆ ਤੇ ਇਸ ਦੁਨੀਆਂ 'ਚ ਮੰਗਦਾ ਰਹਾਂਗਾ, ਭਿੱਖਿਆ ਮੰਗਦਾ ਰਹਾਂਗਾ, ਜਿਹੜੇ ਸੁੱਖ ਨੇ ਇਹ ਵੀ ਜਾਂਦੇ ਰਹਿਣੇ। ਜੋ ਨਾਮ ਦੇ ਧਨ ਦੇਨ ਜਨ ਕੋ, ਧਨ ਬਿਨਾ ਜਨ ਜਗਣਾ ਸੁਹਾਇ। ਮਹਾਰਾਜ, ਮੈਂ ਇਹ ਸੋਚਦਾ ਜਿਹਦੇ ਕੋਲ ਪਾਈ ਪੈਸਾ ਕੋਈ ਨਹੀਂ, ਕੌਣ ਉਹਦੀ ਇੱਜ਼ਤ ਕਰਦਾ? ਮਹਾਰਾਜ, ਕੋਈ ਤੇ ਘਰ ਨਹੀਂ ਵੜਨ ਦਿੰਦਾ ਗਰੀਬ ਬੰਦੇ ਨੂੰ। ਤੇ ਮੈਂ ਸੋਚਦਾ ਜੋ ਧਨ ਦੇ ਨਾਮ ਦੇਨ ਜਨ ਕੋ, ਨਾਮ ਬਿਨਾ ਜਨ ਜਮ ਪੁਰ ਜਾਏ। ਮਹਾਰਾਜ, ਮੈਂ ਇਹ ਸੋਚਦਾ ਵੀ ਜੇ ਧਨ ਮੰਗ ਲਿਆ ਗਰੀਬੀ ਤੇ ਨਿਕਲ ਜਾਏਗੀ, ਪਾਈ ਪਿਆਸਾ ਤੇ ਹੋ ਜਾਏਗਾ। ਜੋ ਧਨ ਦੇ ਨਾਮ ਦੇਨ ਜਨ ਕੋ, ਨਾਮ ਬਿਨਾ ਜਨ ਜਮ ਪੁਰ ਜਾ। ਮਹਾਰਾਜ, ਦੁਨੀਆਂ 'ਚ ਤੇ ਗਰੀਬੀ ਕੱਟੀ ਜਾਏ, ਪਰ ਜਮਾਂ ਦੇ ਵੱਸ ਤੇ ਪਵਾਂਗਾ ਨਾ। ਮਹਾਰਾਜ, ਮੈਂ ਜਮਾਂ ਦੇ ਵੱਸ ਪੈ ਜਾਂਦਾ। ਤੋ ਪੈ ਕਹੀ ਨਹੀਂ ਬਣ ਆਵੈ, ਜਿਉ ਭਾਵੈ ਤਿਉ ਬਣਤ ਬਣਾਏ। ਪੰਡਿਤ ਕਹਿਣ ਲੱਗਾ, ਮਹਾਰਾਜ ਮੈਨੂੰ ਤਾਂ ਹੁਣ ਸਮਝ ਨਹੀਂ ਆਉਂਦੀ ਵੀ ਕੀ ਮੰਗਾ ਤੁਹਾਡੇ ਕੋਲ। ਭਾਈ ਸਾਹਿਬ ਕਹਿੰਦੇ, ਫਿਰ ਪੰਡਿਤ ਕਹਿਣ ਲੱਗਾ, ਸ਼੍ਰੀ ਅਮਰਦਾਸ ਤੇ ਜੋ ਕੇ ਨੰਦਨ, ਦੋਨੋ ਨਿਰਮਲ ਪੰਥ ਚਲਾਏ। ਪੰਡਿਤ ਕਹਿਣ ਲੱਗਾ, ਤੇਜ ਭਾਨ ਦੇ ਪੁੱਤਰਾ, ਜੇ ਤੂੰ ਸਮਰੱਥ ਗੁਰੂ ਬਣ ਗਿਆ ਏ, ਤੇਜ ਭਾਨ ਦੇ ਪੁੱਤਰਾ, ਤੂੰ ਕਹਿੰਦਾ ਜਾਂ ਲੋਕ ਮੰਗ ਲਾ ਜਾਂ ਪਰਲੋਕ ਮੰਗ ਲਾ, ਜਾਂ ਨਾਮ ਮੰਗ ਲਿਆ ਜਾਂ ਧਨ ਮੰਗ ਲਿਆ। ਤੇ ਪੰਡਿਤ ਕਹਿਣ ਲੱਗਾ, ਬਾਬੇ ਤੇਜ ਭਾਨ ਦੇ ਪੁੱਤਰਾ, ਇਹਦਾ ਮਤਲਬ ਤੇਰੇ ਕੋਲ ਲੋਕ ਵੀ ਹੈ, ਤੇਰੇ ਕੋਲ ਪਰਲੋਕ ਵੀ ਹੈ, ਤੇਰੇ ਕੋਲ ਨਾਮ ਵੀ ਹੈ, ਤੇਰੇ ਕੋਲ ਧਨ ਵੀ ਹੈ। ਤੇ ਤੇਜ ਭਾਨ ਦੇ ਪੁੱਤਰਾ, ਤੇਰੇ ਕੋਲ ਸਭ ਤਾਕਤਾਂ ਨੇ, ਮੈਨੂੰ ਲੋਕ ਦੇ ਸੁੱਖ ਵੀ ਦੇ, ਮੈਨੂੰ ਪਰਲੋਕ ਦੇ ਸੁੱਖ ਵੀ ਦੇ। ਅਸੀਂ ਹਜ਼ੂਰ ਸਾਹਿਬ ਆਏ, ਮੈਂ ਤੁਹਾਡੀ ਗੱਲ ਨਹੀਂ ਕਰਦਾ, ਪਰਲੋਕ ਵਾਸਤੇ ਵੀ ਕੁਝ ਮੰਗ ਲਿਓ, ਲੋਕ ਵਾਸਤੇ ਵੀ ਮੰਗੋ। ਅਸੀਂ ਜੇ ਦਸ਼ਮੇਸ਼ ਪਿਤਾ ਕੋਲੋਂ ਨਹੀਂ ਮੰਗਣਾ ਤੇ ਕਿਹਦੇ ਕੋਲੋਂ ਮੰਗਣਾ? ਪਰ ਸਿਰਫ ਲੋਕ ਦੇ ਸੁੱਖ ਨਹੀਂ ਮੰਗਣੇ, ਪਰਲੋਕ ਦਾ ਸੁੱਖ ਵੀ ਇੱਥੋਂ ਮੰਗਣਾ ਚਾਹੀਦਾ। ਦੋਨੋਂ ਨਿਰਮਲ ਪੰਥ ਚਲਾਏ, ਤੇਜ ਭਾਨ ਦੇ ਪੁੱਤਰਾ, ਕਰ ਕਿਰਪਾ, ਮੈਨੂੰ ਲੋਕ ਦਾ ਸੁੱਖ ਵੀ ਦੇ ਦੇ, ਪਰਲੋਕ ਦਾ ਨਾਮ ਵੀ ਦੇ ਦੇ, ਦੁਨੀਆਂ ਦਾ ਧਨ ਵੀ ਦੇ ਦੇ। ਭਾਈ ਸਾਹਿਬ ਕਹਿੰਦੇ ਨੇ, ਪਿਖ ਸਤਿਗੁਰ ਦਿਜ ਕੀ ਚੁਦਰਾਈ। ਮਹਾਰਾਜ ਹੱਸ ਕੇ ਕਹਿੰਦੇ, ਪੜ੍ਹਿਆ ਲਿਖਿਆ ਬੰਦਾ ਚਲਾਕ ਬੜਾ ਹੁੰਦਾ, ਪੰਡਿਤ ਦੀ ਚਤਰਾਈ ਵੇਖ ਕੇ ਬਾਬਾ ਅਮਰਦਾਸ ਹੱਸ ਪਏ। ਪਿਖ ਸਤਿਗੁਰ ਦਿਜ ਕੀ ਚੁਦਰਾਈ, ਭਏ ਪ੍ਰਸੰਨ ਤਨਕ ਮੁਸਕਾਈ। ਮਹਾਰਾਜ ਥੋੜਾ ਜਿਹਾ ਹੱਸ ਪਏ। ਹੱਸ ਕੇ ਹਜ਼ੂਰ ਕਹਿੰਦੇ ਨੇ, ਕਹਿਓ ਬਾਕ ਦੋਨੋ ਤੁਮ ਲਿਓ, ਪ੍ਰਾਪਤ ਹੋਏ ਸੁਖ ਅਬੇ ਨਸ਼ੇ ਹੋ। ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਪੜਦਾ ਤੈਨੂੰ ਲੋਕ ਦੇ ਸੁੱਖ ਵੀ ਦਿੱਤੇ, ਤੈਨੂੰ ਪਰਲੋਕ ਦੇ ਸੁੱਖ ਵੀ ਦਿੱਤੇ। ਪੰਡਤਾ, ਜਿਹੜਾ ਤੈਨੂੰ ਧਨ ਮਿਲੇਗਾ ਨਾ, ਜਿਹੜੇ ਤੈਨੂੰ ਸੁੱਖ ਮਿਲਣਗੇ ਲੋਕ ਦੇ ਪਰਲੋਕ ਦੇ, ਹਜ਼ੂਰ ਕਹਿੰਦੇ ਐਵੇਂ ਨਾ ਡਰਦਾ ਫਿਰੀ। ਜਿਹੜੇ ਤੈਨੂੰ ਸੁੱਖ ਮਿਲਣਗੇ, ਕੋਈ ਦੁਨੀਆਂ ਦੀ ਤਾਕਤ ਉਹ ਸੁੱਖ ਖੋਹ ਨਹੀਂ ਸਕਦਾ। ਆ, ਮੈਨੂੰ ਮਾਫ ਕਰਨਾ, ਸਾਡੀਆਂ ਬੀਬੀਆਂ ਨੇ, ਕੋਈ ਆਂਦੀ ਮੇਰੇ ਜਠਾਣੀ ਨੇ ਬੇੜਾ ਗਰਕ ਕਰ ਦਿੱਤਾ, ਮੇਰੀ ਦਰਾਣੀ ਨੇ ਬੇੜਾ ਗਰਕ ਕਰ ਦਿੱਤਾ, ਸਾਡਾ ਤੇ ਕਾਰੋਬਾਰ ਹੀ ਫੇਲ ਕਰ ਦਿੱਤਾ। ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਪੰਡਤਾ, ਜਿਹੜੇ ਸੁੱਖ ਅਸੀਂ ਤੈਨੂੰ ਦਿਆਂਗੇ, ਦੁਨੀਆਂ ਦੀ ਕੋਈ ਤਾਕਤ ਖੋ ਨਹੀਂ ਸਕਦੇ।
ਇੱਕ ਸਾਰੇ ਕਿਰਪਾ ਕਰਿਓ ਸਾਧ ਸੰਗਤ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਤੇਰੀ ਬਖਸ਼ ਨ ਮੇਟੈ ਕੋਈ, ਤੇਰੀ ਬਖਸ਼ ਨ ਮੇਟੈ ਕੋਈ, ਤੇਰੀ ਬਖਸ਼ ਨ ਮੇਟੈ। ਮਹਾਰਾਜ ਕਹਿੰਦੇ ਐਵੇਂ ਨਾ ਡਰਿਆ ਕਰੋ, ਉਹ ਵੀ ਸੁੱਖ ਨਾ ਖੋਲੇ, ਉਹ ਮੇਰਾ ਨੁਕਸਾਨ ਨਾ ਕਰਦੇ। ਤੇਰੀ ਬਖਸ਼ ਨ ਮੇਟੈ ਕੋਈ, ਤੇਰੀ ਬਖਸ਼ ਨ ਮੇਟੈ ਕੋਈ, ਤੇਰੀ ਬਖਸ਼ ਨ। ਤੁਹਾਡਾ ਕੀ ਖਿਆਲ ਹੈ, ਜਿਹੜਾ ਸੁੱਖ ਦਸ਼ਮੇਸ਼ ਪਿਤਾ ਜੀ ਦੇਣਗੇ ਕਿਸੇ ਮਾਈ ਦੇ ਲਾਲ ਦੀ ਜ਼ਰੂਰਤ ਹੈਗੀ ਵੀ ਦਸ਼ਮੇਸ਼ ਪਿਤਾ ਦਾ ਸੁੱਖ ਦਿੱਤਾ ਹੋਇਆ ਤੁਹਾਡੇ ਕੋਲ ਕੋਈ ਖੋਲ, ਅਸੀਂ ਤਾਂ ਐਵੇਂ ਡਰੀ ਜਾਂਦੇ ਹਾਂ, ਸਾਨੂੰ ਤਾਂ ਪਤਾ ਨਹੀਂ ਸਾਡੇ ਗੁਰੂ 'ਚ ਸਮਰੱਥਾ ਕੀ ਹੈ। ਸਮਰੱਥ ਤੋਂ ਭਾਵ ਹੁੰਦਾ, ਦੁਨੀਆ ਕਹਿੰਦੀ ਹੈ ਜੋ ਭਾਗਾਂ ਵਿੱਚ ਹੋਇਆ ਮਿਲਣਾ ਹੀ ਮਿਲਣਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਗੁਰੂ ਇੰਨਾ ਸਮਰੱਥ ਹੈ, ਕਿਸਮਤ ਵਿੱਚ ਕੁਝ ਵੀ ਨਾਣਾ ਲਿਖਿਆ ਹੋਏ ਗੁਰੂ ਫੇਰ ਵੀ ਸਭ ਕੁਝ ਦੇ ਸਕਦਾ। ਮਹਾਰਾਜ ਕਹਿੰਦੇ ਨੇ, ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਸਿੱਖ ਨੂੰ ਵਿਸ਼ਵਾਸ ਚਾਹੀਦਾ। ਮਹਾਰਾਜ ਕਹਿੰਦੇ, ਪੰਡਿਤ ਜੀ ਜਬ ਲੋ ਜੀਵੋ ਧਨ ਬੋ ਪਾਪ। ਪੰਡਿਤ ਦਾ ਜਿੰਨਾ ਚਿਰ ਤੂੰ ਦੁਨੀਆਂ ਤੇ ਜੀਏਗਾ ਨਾ, ਤੈਨੂੰ ਲੋਕ ਦੇ ਸੁੱਖ ਵੀ ਮਿਲਣਗੇ, ਤੇਰੇ ਕੋਲ ਧਨ ਵੀ ਬਹੁਤ ਆਏਗਾ। ਸਿਮਰੋ ਸਤਨਾਮ ਲੈ ਬਲਾਵੋ, ਤੇਰੇ ਕੋਲ ਧਨ ਵੀ ਆਏਗਾ ਤੇ ਵਾਹਿਗੁਰੂ ਦਾ ਸਤਨਾਮ ਦਾ ਸਿਮਰਨ ਕਰਿਆ ਕਰੀ, ਜਿਹੜੇ ਜਮਾ ਦਾ ਤੈਨੂੰ ਡਰ ਵਾ ਨਾ। ਮਹਾਰਾਜ ਕਹਿੰਦੇ ਨੇ, ਅੰਤ ਸਮੇਂ ਜਮ ਦਰਸ਼ਨ ਦੇ ਹੈ, ਪੁੰਨਵਾਨ ਲੋਕ ਕੇ ਸਿੱਧ ਹੈ। ਮਹਾਰਾਜ ਕਹਿੰਦੇ ਨੇ, ਪੰਡਿਤ ਜੀ ਅੰਤ ਵੇਲੇ ਤੈਨੂੰ ਜਮ ਦੂਤਾਂ ਦੇ ਦਰਸ਼ਨ ਨਹੀਂ ਹੋਣਗੇ। ਜਿੱਥੇ ਧਰਮੀ ਲੋਕ ਜਾਂਦੇ ਨੇ ਤੇਰਾ ਉੱਥੇ ਵਾਸਾ ਹੋਏਗਾ। ਮਹਾਰਾਜ ਫਿਰ ਹਰਿਦੁਆਰ ਨੂੰ ਅਗਲੇ ਬੰਨੇ ਚਲੇ ਗਏ ਲੋਕਾਂ ਦਾ ਉਧਾਰ ਕਰਨ ਵਾਸਤੇ। ਜਦੋਂ 20ਵੀਂ ਵਾਰੀ ਪੰਡਿਤ ਨੇ ਆਖਿਆ ਸੀ ਨਾ, ਤੁਸੀਂ ਕਿਸੇ ਦਿਨ ਅਵਤਾਰੀ ਪੁਰਸ਼ ਬਣੋਗੇ, ਛੱਤਰ ਝੁੱਲੇਗਾ, ਫਿਰ ਮਹਾਰਾਜ ਆ ਰਹੇ ਸੀ ਆਪਣੇ ਪਿੰਡ ਵੱਲ ਨੂੰ, ਇੱਕ ਬ੍ਰਹਮਚਾਰੀ ਸਾਧੂ ਮਿਲ ਗਿਆ। ਇੱਕ ਰਾਤ ਕੱਟੀ ਬਾਬਾ ਅਮਰਦਾਸ ਜੀ ਨੇ ਉਹਦੇ ਨਾਲ, ਗੱਲਾਂ ਬਾਤਾਂ ਕਰਦੇ ਰਹੇ, ਰਾਤ ਰਸਤੇ 'ਚ ਸੌਂ ਗਏ। ਅਗਲੀ ਰਾਤ ਬਾਸਰ ਕੇ ਆ ਗਿਆ, ਬਾਸਰ ਕੇ ਬਾਬਾ ਅਮਰਦਾਸ ਜੀ ਦੇ ਚੁਬਾਰੇ ਵਿੱਚ ਦੋਨਾਂ ਨੇ ਰਾਤ ਕੱਟੀ, ਬ੍ਰਹਮਚਾਰੀ ਸਾਧੂ ਤੇ ਬਾਬਾ ਅਮਰਦਾਸ ਨੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਗੱਲਾਂ ਬਾਤਾਂ ਚੱਲਦਿਆਂ ਚੱਲਦਿਆਂ ਕਿਸੇ ਪ੍ਰਸੰਗ ਪਰ ਵਾਰ ਤਾਂ ਬੋਲਿਓ ਬ੍ਰਹਮਚਾਰੀ। ਉਹ ਗੱਲਬਾਤ ਚੱਲਦਿਆਂ ਚੱਲਦਿਆਂ ਬ੍ਰਹਮਚਾਰੀ ਕਹਿਣ ਲੱਗਾ, ਗੁਰੂ ਤੁਮਾਰੋ ਕਵਣ ਹੈ ਕਿਮ ਦੀਖਿਆ ਤਾਰੇ। ਬਾਬਾ ਜੀ ਤੁਹਾਡਾ ਗੁਰੂ ਕੌਣ ਹੈ, ਤੁਸੀਂ ਦੇਖਿਆ ਫਿਰ ਕਿਵੇਂ ਲਏ? ਭਾਈ ਸਾਹਿਬ ਕਹਿੰਦੇ ਨੇ, ਸੁਣ ਸ਼੍ਰੀ ਅਮਰ ਬਖਾਨਿਓ ਗੁਰੂ ਮੋਏ ਨ ਪਾਇਓ। ਬਾਬਾ ਅਮਰਦਾਸ ਆਖਣ ਲੱਗੇ ਵੀ ਗੁਰੂ ਤੇ ਮੈਂ ਧਾਰ ਨਹੀਂ ਕੀਤਾ। ਸ਼੍ਰੀ ਗੁਰ ਅਮਰ ਬਖਾਨਿਓ ਗੁਰੂ ਮੋਏ ਨ ਪਾਇਓ, ਖੋਜ ਲਿਓ ਅਬ ਲਾਖ ਸੋ ਕੋ ਦ੍ਰਿਸ਼ਟ ਨਾਇ। ਅਜੇ ਮੈਂ ਗੁਰੂ ਧਾਰ ਨਹੀਂ ਕੀਤਾ। ਭਾਈ ਸਭ ਕਹਿੰਦੇ ਨੇ, ਸੁਣਨ ਤੋਂ ਦੁਖਿਓ ਅਤ ਚਿਤ ਮੈਂ ਬੋਲਿਓ ਬ੍ਰਹਮਚਾਰੀ। ਬੜਾ ਦੁੱਖ ਹੋਇਆ ਬ੍ਰਾਹਮਣ ਨੂੰ, ਬੜਾ ਦੁਖੀ ਹੋ ਗਿਆ ਸੁਣ ਲਿਆ। ਦੁਖੀ ਹੋ ਕੇ ਕਹਿਣ ਲੱਗਾ, ਬਾਬਾ ਤਪ ਤੀਰਥ ਬਰਤ ਕਾਲ ਵੱਢ
ਭਾਈ ਨਫਲ ਹਮਾਰੀ ਬੜੇ ਜ਼ਿੰਦਗੀ 'ਚ ਤਪ ਕੀਤੇ ਸੀ, ਬੜੀ ਤੀਰਥ ਯਾਤਰਾ ਕੀਤੀ ਸੀ, ਬੜੇ ਦਾਨ ਪੁੰਨ ਕੀਤੇ ਸੀ, ਬੜੇ ਵਰਤ ਰੱਖੇ ਸੀ, ਤੇਰਾ ਸੰਗ ਹੋਣ ਕਰਕੇ ਸਭ ਕੁਝ ਬੇਅਰਥ ਚਲਾ ਗਿਆ। ਨਿਗੋਰੇ ਕੋ ਸੰਗੀ ਪਇਓ ਕੀਓ ਖਾਣ ਸੋ ਪਾਨਾ, ਮੱਥੇ ਤੇ ਹੱਥ ਮਾਰ ਕੇ ਆਖਣ ਲੱਗਾ ਨਿਗੋਰੇ ਦਾ ਸੰਗ ਕਰ ਲਿਆ ਹੈ। ਸੰਗ ਨਹੀਂ ਕੀਤਾ, ਨਿਗੋਰੇ ਨਾਲ ਖਾਂਦਾ ਪੀਂਦਾ ਵੀ ਰਿਹਾ। ਉਧਰੋਂ ਫਿਰ ਬ੍ਰਹਮਚਾਰੀ ਜਿਹੜਾ ਉਹਦੇ ਕੋਲ ਕੰਬਲ ਜਾਂ ਜੋ ਕੁਝ ਹੈਗਾ ਸੀ ਰਸਤੇ ਦਾ ਛੋਟਾ ਮੋਟਾ ਬਿਸਤਰਾ, ਉਧਰੋਂ ਸਮਾਨ ਬੰਨਣ ਲੱਗ ਪਿਆ। ਇਤਿਹਾਸ ਕਹਿੰਦਾ ਵੀ ਪੰਡਿਤ ਲੋਹਾ ਲਾਖਾ ਹੋ ਕੇ ਕਹਿਣ ਲੱਗਾ ਬਿਰਧ ਹੋਤ ਲੋ ਇਮ ਰਹੇ ਨਹਿ ਗੁਰੂ ਬਣਾਇਆ, ਬੁੱਢਾ ਹੋ ਗਿਆ ਏ, ਬੁੱਢਾ ਹੋ ਗਿਆ ਇਸ ਤਰ੍ਹਾਂ ਤੁਰਿਆ ਫਿਰਦਾ ਸਾਰੀ ਉਮਰ, ਨਹਿ ਗੁਰੂ ਬਣਾਇਓ ਅਜੇ ਤੱਕ ਗੁਰੂ ਧਾਰ ਨਹੀਂ ਕੀਤਾ। ਕੰਬਲ ਬਣਦਾ ਬਣਦਾ ਲਾਲ ਪੀਲੀਆਂ ਅੱਖਾਂ ਕਰਕੇ ਆਖਣ ਲੱਗਾ ਮਹਾਂਕਰਮ ਖੋਟਾ ਕੀਓ ਮੜ ਮਤ ਬਰਮਾਇਓ, ਤੂੰ ਬਹੁਤ ਮਾੜਾ ਕੰਮ ਕੀਤਾ, ਤੂੰ ਮੇਰਾ ਧਰਮ ਕਰਮ ਬੇੜਾ ਗਰਕ ਕਰ ਦਿੱਤਾ, ਤੂੰ ਮੇਰਾ ਜੀਵਨ ਬਰਬਾਦ ਕਰ ਦਿੱਤਾ, ਮੇਰਾ ਸਭ ਕੁਝ ਖੂਜ ਪਾ ਦਿੱਤਾ, ਮਨ ਮਤ ਬਰਮਾਇਓ ਸਾਰੀ ਜ਼ਿੰਦਗੀ ਮਨ ਮਤ ਹੋ ਗਈ ਇਸ ਤਰ੍ਹਾਂ ਤੁਰਿਆ ਫਿਰਿਆ। ਭਾਈ ਸਾਹਿਬ ਕਹਿੰਦੇ ਨੇ ਚਿੱਤ ਕਰਤ ਇਮਰਿਸ ਕਰਤ ਉੱਠ ਮਾਰਗ ਲਈ ਨਾ ਬੁੜ ਬੁੜ ਕਰਦਾ ਜਿਹੜਾ ਸੀ ਨਾ ਉਹ ਬ੍ਰਹਮਚਾਰੀ ਚਲਾ ਗਿਆ। ਅਮਰਦਾਸ ਪਸ਼ਚਾਤ ਚਿੱਤ ਪਛਤਾਵਣ ਕੀ ਨਾ ਉਹ ਤੇ ਚਲਾ ਗਿਆ। ਸਾਧ ਸੰਗਤ ਮੈਂ ਕਈ ਵਾਰੀ ਸੋਚਦਾ ਬ੍ਰਹਮਚਾਰੀ ਸਾਧੂ ਸਾਡੇ ਨੂੰ ਚੰਗਾ, ਮੈਂ ਤੁਹਾਡੀ ਨਹੀਂ ਗੱਲ ਕਰਦਾ, ਅਸੀਂ ਸੋਚਦੇ ਹਾਂ ਵੀ ਇਸ ਸਰਦਾਰ ਜੀ ਨੇ ਸਾਨੂੰ ਘਰ ਬੁਲਾਇਆ, ਇਹਨੇ ਪ੍ਰਸ਼ਾਦਾ ਪਾਣੀ ਛਕਾਉਣਾ, ਜੇ ਕਹਿ ਦਿੱਤਾ ਨਾ ਵੀ ਸਰਦਾਰਾ ਕੇਸ ਰੱਖ, ਦਾੜਾ ਰੱਖ, ਸ਼ਰਾਬ ਨਾ ਪੀਆ ਕਰ, ਕਬਰਾਂ 'ਤੇ ਨਹੀਂ ਜਾਣਾ, ਤੂੰ ਦਾੜੀ ਕੋ ਕੱਢਦਾ ਪਏ, ਦਸ਼ਮੇਸ਼ ਪਿਤਾ ਦਾ ਸਿੱਖ ਹੋ ਕੇ ਤੂੰ ਕਿਉਂ ਦਾੜੀ ਕੱਢਦਾ, ਪ੍ਰਸ਼ਾਦਾ ਛਕਣ 'ਤੇ ਤੁਰ ਜਾਂਦੇ, ਪਰ ਗੁਰੂ ਦੀ ਕਿਰਪਾ ਨਾਲ ਕੋਈ ਹੈ ਜਿਹੜਾ ਆਖੇ ਵੀ ਤੇਰਾ ਗਲਤ ਕੰਮ ਹੈ, ਗੁਰੂ ਦਾ ਸੁਨਾਹ ਉਹਦੇ ਤੱਕ ਜ਼ਰੂਰ ਪਹੁੰਚਾਉਣਾ ਚਾਹੀਦਾ। ਉਹ ਬ੍ਰਹਮਚਾਰੀ ਸਾਧੂ ਵੇਖੋ ਗੁਰੂ ਅਮਰਦਾਸ ਜੀ ਦੇ ਘਰ ਵਿੱਚ ਹੈ, ਗੁੱਸੇ ਨਾਲ ਕਹਿਣ ਲੱਗਾ ਬੁੱਢਾ ਹੋ ਗਿਆ ਏ, ਗੁਰੂ ਧਾਰ ਨਹੀਂ ਅਜੇ ਤੱਕ ਕੀਤਾ, ਇਸ ਤਰ੍ਹਾਂ ਕਰਦਾ ਕਰਦਾ ਚਲਾ ਗਿਆ। ਪਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਛਤਾਵਾ ਲੱਗ ਗਿਆ। ਸਾਧ ਸੰਗਤ ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ, ਬੰਦੇ ਨੂੰ ਉਹੀ ਚੀਜ਼ ਮਿਲਦੀ ਹੈ ਜਿਹਦੇ ਨਾਲ ਉਹ ਚਿੱਤ ਲਾਉਂਦਾ। ਬਾਬਾ ਅਮਰਦਾਸ ਜੀ ਦਾ ਛੋਟਾ ਭਰਾ ਮਾਣਕ ਚੰਦ, ਉਹਨਾਂ ਦਾ ਪੁੱਤਰ ਸੀ ਭਾਈ ਜੱਸੋ, ਬੜਾ ਧਾਰਮਿਕ ਬਿਰਤੀ ਵਾਲਾ ਸੀ। ਮਹਾਰਾਜ ਗੁਰੂ ਅਮਰਦਾਸ ਜੀ ਦਾ ਭਤੀਜਾ ਜੱਸੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਬੇਟੀ ਵਿਆਹੀ ਸੀ ਬੀਬੀ ਅਮਰ, ਮਹਾਰਾਜ ਅਮਰਦਾਸ ਗੁਰਦੇਵ ਜੀ ਦੇ ਭਤੀਜੇ ਵੱਲ ਕੰਧ ਨਿਕਲੀ ਹੋਈ ਸੀ ਵਿਆਹ। ਸਾਰੀ ਰਾਤ ਬਾਬਾ ਅਮਰਦਾਸ ਨਹੀਂ ਸੁੱਤੇ, ਸਾਧ ਸੰਗਤ ਅੰਮ੍ਰਿਤ ਵੇਲਾ ਹੋਇਆ, ਬੀਬੀ ਜੀ ਨੇ ਰਿੜਕਣਾ ਪਾਇਆ, ਉਧਰੋਂ ਰਿੜਕ ਰਹੀ ਆ ਬੀਬੀ ਅਮਰੋ ਦੁੱਧ, ਉਧਰੋਂ ਇੱਕ ਸ਼ਬਦ ਪੜ੍ਹਦੀ ਹੈ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ ਤਉ ਗੁਣ ਨਾਹੀ ਅੰਤ ਹਰੇ। ਇਹ ਸ਼ਬਦ ਤੇ ਲੰਬਾ ਹੈ, ਚਲੋ ਖੈਰ ਬਾਬਾ ਅਮਰਦਾਸ ਕੰਧ ਨਾਲ ਲੱਗ ਕੇ ਸੁਣਦੇ ਰਹੇ। ਥੋੜੀ ਜਿਹੀ ਲੋਹ ਲੱਗ ਗਈ, ਬਾਬਾ ਅਮਰਦਾਸ ਉੱਪਰਲੇ ਦਰਵਾਜ਼ੇ ਥਾਈ ਆਣ ਕੇ ਆਪਣੇ ਨੂੰਹ ਦੇ ਕੋਲ ਜਾ ਕੇ ਬਹਿ ਗਏ, ਜ਼ਮੀਨ ਤੇ ਬਹਿ ਗਏ।
ਪੁੱਤਰ ਜਿਹੜਾ ਤੂੰ ਸ਼ਬਦ ਪੜ੍ਹਦੀ ਸਾਂ ਉਹ ਸ਼ਬਦ ਫੇਰ ਸੁਣਾ। ਇਤਿਹਾਸ ਕਹਿੰਦਾ ਬੀਬੀ ਅਮਰੂ ਜੀ ਸ਼ਰਮਾ ਗਏ। ਬਾਬਾ ਅਮਰਦਾਸ ਕਹਿੰਦੇ ਨੇ ਪੁੱਤਰ ਮੈਂ ਤੇਰਾ ਬਾਪ ਹਾਂ, ਪੁੱਤਰ ਬਲ ਦੀ ਅੱਗ ਤੇ ਅੰਮ੍ਰਿਤ ਪੈ ਗਿਆ ਹੈ, ਮੇਰਾ ਅੰਦਰ ਬਲਦਾ ਹੋਇਆ, ਮੈਨੂੰ ਸੁੱਖ ਮਹਿਸੂਸ ਹੋਇਆ। ਪੁੱਤਰ ਉਹ ਸ਼ਬਦ ਫੇਰ ਸੁਣਾ। ਹੁਣ ਸ਼ਬਦ ਲੰਬਾ, ਹੁਣ ਟਾਈਮ ਮੇਰਾ ਹੋ ਚੱਲਿਆ, ਵਾਹਿਗੁਰੂ ਕਿਰਪਾ ਕਰੇ। ਚਲੋ ਬੀਬੀ ਅਮਰੋ ਜੀ ਨੇ ਫਿਰ ਸ਼ਬਦ ਸੁਣਾਇਆ। ਬਾਬਾ ਅਮਰਦਾਸ ਕਹਿੰਦੇ ਪੁੱਤਰ ਉਸ ਤਰ੍ਹਾਂ ਹੀ ਵਜਦ ਵਿੱਚ ਆਣ ਕੇ ਗਾ ਕੇ ਸੁਣਾ। ਚਲੋ ਖੈਰ ਸ਼ਬਦ ਦੀ ਸਮਾਪਤੀ। ਬਾਬਾ ਜੀ ਕਹਿੰਦੇ ਨੇ ਪੁੱਤਰ ਇਹ ਕਿਹਦਾ ਸ਼ਬਦ ਹੈ? ਬੀਬੀ ਅਮਰੂ ਜੀ ਕਹਿੰਦੇ ਨੇ ਪਿਤਾ ਜੀ ਇਹ ਸ਼ਬਦ ਹੈ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਦਾ। ਉਹਦੇ ਜੋਤੀ ਜੋ ਸਮਾ ਗਏ ਨੇ ਉਹਨਾਂ ਦੇ ਥਾਂ ਤੇ ਹੁਣ ਮੇਰੇ ਪਿਤਾ ਗੁਰੂ ਅੰਗਦ ਦੇਵ ਮਹਾਰਾਜ ਨੇ, ਤੇ ਤੁਹਾਡੇ ਕੁੜਮ ਤੇ ਹੈ ਨੇ, ਤੁਸੀਂ ਬਰਾਤੇ ਤੇ ਗਏ ਸੀ, ਮਿਲੇ ਵੀ ਤੁਹਾਨੂੰ ਹੈ ਸੀ। ਬਾਬਾ ਅਮਰਦਾਸ ਕਹਿਣ ਲੱਗੇ ਪੁੱਤਰ ਮੇਰੇ ਭਰਾ ਨੇ ਆਪਣੇ ਪੁੱਤਰ ਦੀ ਬਰਾਤੇ ਖੜਾ ਖੜ ਕੇ ਮੈਨੂੰ ਕੁੜਮ ਨਾਲ ਮਿਲਾਇਆ ਸੀ। ਮੇਰੀ ਬੇਟੀਏ, ਮੇਰੀ ਇਹ ਧੀਏ, ਤੂੰ ਮੈਨੂੰ ਹੁਣ ਗੁਰੂ ਮਿਲਾ ਦੇ, ਚੱਲ ਮੇਰੇ ਨਾਲ। ਇਤਿਹਾਸ ਕਹਿੰਦਾ ਬੀਬੀ ਅਮਰੂ ਜੀ ਕਹਿੰਦੇ ਨੇ ਪਿਤਾ ਜੀ ਮੈਂ ਸੌ ਸੌ ਵਾਰੀ ਜਾਵਾਂ ਤੁਹਾਨੂੰ ਲੈ ਕੇ, ਪਰ ਜਦੋਂ ਮੇਰੀ ਡੋਲੀ ਤੁਰ ਲੱਗੀ ਸੀ ਤੇ ਮੇਰੇ ਪਿਤਾ ਜੀ ਨੇ ਕਿਹਾ ਸੀ ਬੇਟਾ ਜਿੰਨਾ ਚਿਰ ਤੈਨੂੰ ਸੁਨਾ ਨਾ ਘਲੀਏ ਤੂੰ ਪੇਕੇ ਨਹੀਂ ਆਉਣਾ। ਇਸ ਤਰ੍ਹਾਂ ਕਰਦੀਆਂ ਸੀ ਸਾਡੀਆਂ ਵੱਡੀਆਂ ਬੀਬੀਆਂ। ਬਾਬਾ ਜੀ ਮੈਂ ਸੋਚਦੀ ਹਾਂ ਵੀ ਪਿਤਾ ਜੀ ਨਾਰਾਜ਼ ਨਾ ਕਿਤੇ ਹੋ ਜਾਣ ਵੀ ਤੂੰ ਕਿਉਂ ਆ ਗਈ ਸੱਦਣ ਤੋਂ ਬਿਨਾਂ। ਬਾਬਾ ਅਮਰਦਾਸ ਕਹਿੰਦੇ ਪੁੱਤਰੀ ਤੂੰ ਆਪ ਥੋੜਾ ਚੱਲੀ ਹੈ, ਮੈਂ ਤੈਨੂੰ ਲੈ ਕੇ ਚੱਲਿਆ। ਬੀਬੀ ਅਮਰੂ ਤੇ ਗੁਰੂ ਅਮਰਦਾਸ ਖਡੂਰ ਵੱਲ ਨੂੰ ਚਲੇ ਗਏ। ਧੀਆਂ ਸੋਚਦੀ ਨੇ ਸਾਡਾ ਪਰਦਾ ਜੇ ਵੱਧ ਘੱਟ ਹੋ ਵੀ ਜਾਏ, ਪਿਤਾ ਜੀ ਮੈਨੂੰ ਗੁੱਸੇ ਵੀ ਹੋਣਗੇ ਤੇ ਮੇਰੇ ਸਹੁਰੇ ਘਰ ਗੱਲ ਨਾ ਜਾਏ। ਆ ਮੇਰੀਆਂ ਭੈਣਾਂ ਛੋਟੀਆਂ ਵੱਡੀਆਂ ਬੈਠੀਆਂ ਨੇ, ਕੋਈ ਸਮਾਂ ਸੀ ਕੁੜੀਆਂ ਸਹੁਰੇ ਘਰ ਦੀ ਗੱਲ ਪੇਕੇ ਘਰ ਨਹੀਂ ਸੀ ਕਰਦੀਆਂ, ਪੇਕੇ ਘਰ ਦੀ ਗੱਲ ਸਹੁਰੇ ਨਹੀਂ ਸੀ ਕਰਦੀ, ਤਾਂ ਹੀ ਵਸੇਬਾ ਹੁੰਦਾ ਸੀ ਉਹਨਾਂ ਦਾ। ਪਿੰਡ ਤੋਂ ਬਾਹਰ ਬਾਬਾ ਅਮਰਦਾਸ ਨੂੰ ਬਿਠਾ ਕੇ ਬੀਬੀ ਜੀ ਕਹਿੰਦੇ ਨੇ ਪਿਤਾ ਜੀ ਮੈਂ ਇਕੱਲੀ ਪਹਿਲਾਂ ਜਾਂਦੀ ਹਾਂ, ਪਿਤਾ ਜੀ ਜੇ ਝਿੜਕਣਗੇ ਵੀ ਕਿਉਂ ਸੱਦਣ ਤੋਂ ਬਗੈਰ ਆਈਆਂ ਤੇ ਮੇਰੇ ਸਹੁਰੇ ਘਰ ਤੇ ਨਾਣਾ ਗੱਲ ਜਾਏਗੀ। ਇਤਿਹਾਸ ਕਹਿੰਦਾ ਬੀਬੀ ਅਮਰੂ ਜੀ ਗਏ, ਗੁਰੂ ਅੰਗਦ ਦੇਵ ਮਹਾਰਾਜ ਉਸ ਵੇਲੇ ਘਰ ਵਿੱਚ ਸਨ, ਜਾ ਕੇ ਚਰਨੀ ਹੱਥ ਲਏ। ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਨੇ ਪੁੱਤਰੀ ਬਿਨਾਂ ਸੱਦਣ ਤੋਂ ਆ ਗਈ ਹੈ, ਕੀ ਕੰਮ ਪੈ ਗਿਆ ਤੈਨੂੰ? ਬੀਬੀ ਅਮਰੂ ਜੀ ਚਾਹੁੰਦੇ ਸੀ ਮੈਂ ਬੜੇ ਆਸਤੇ ਨਾਲ ਦੱਸਾਂਗੀ, ਚੁੱਪ ਕੀਤੇ ਰਹੇ। ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਨੇ ਪੁੱਤਰ ਤੇਰੀਆਂ ਦੋ ਗਲਤੀਆਂ ਨੇ। ਸਾਧ ਸੰਗਤ ਭਾਈ ਵੀਰ ਸੇ ਕਹਿੰਦੇ ਨੇ ਆ ਮੈਨੂੰ ਮਾਫ ਕਰਨਾ, ਅੱਜ ਤੁਸੀਂ ਵੇਖ ਲਓ ਕਈ ਤੇ ਪੁੱਤਰ ਇਹੋ ਜਿਹੇ ਨੇ ਪਿਓ ਦੀ ਜ਼ਰੂਰਤ ਨਹੀਂ, ਮਾਂ ਦੀ ਜ਼ਰੂਰਤ ਨਹੀਂ ਉਹਨੂੰ ਕੋਈ ਗੱਲ ਪੁੱਛ ਜਾ। ਆ ਨੌਜਵਾਨ ਗੱਭਰੂ ਬੈਠੇ ਨੇ, ਭਾਈ ਵੀਰ ਸੇ ਕਹਿੰਦੇ ਨੇ ਭਾਗਾਂ ਵਾਲੇ ਨੇ ਉਹ ਪੁੱਤਰ, ਭਾਗਾਂ ਵਾਲੇ ਨੇ ਉਹ ਧੀਆਂ ਪੁੱਤਰ ਜਿਹੜੇ ਮਾਂ ਪਿਓ ਤੋਂ ਡਰਦੇ ਨੇ, ਬਦਕਿਸਮਤ ਨੇ ਉਹ ਪੁੱਤਰ ਧੀਆਂ ਜਿਨ੍ਹਾਂ ਕੋਲੋਂ ਮਾਂ ਪਿਓ ਡਰਦਾ। ਇਤਿਹਾਸ ਕਹਿੰਦਾ ਵੀ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਨੇ ਪੁੱਤਰੀ ਤੇਰੀਆਂ ਦੋ ਗਲਤੀਆਂ ਨੇ, ਇੱਕ ਤੇ ਤੂੰ ਬਿਨਾਂ ਸੱਦਣ ਤੋਂ ਆ ਗਈ ਪੁੱਤਰ, ਦੂਜੀ ਗਲਤੀ ਤੇਰੀ ਇਹ ਹੈ ਵੀ ਜਿਨ੍ਹਾਂ ਨੂੰ ਨਾਲ ਲੈ ਕੇ ਆਈ ਹੈ ਉਹਨਾਂ ਨੂੰ ਪਿੰਡੋਂ ਬਾਹਰ ਬਿਠਾਈਆਂ। ਪਹਿਲਾ ਸਬਕ ਹੈ ਗੁਰੂ ਮਹਾਰਾਜ ਦੀ ਸਿੱਖੀ ਦਾ, ਵੱਡੇ ਗੁਰੂ ਜੀ ਦਾ ਪਹਿਲਾ ਸਬਕ ਹੈ ਸਿੱਖਾ ਯਕੀਨ ਕਰ ਗੁਰੂ ਤੇਰਾ ਅੰਤਰਜਾਮੀ ਹੈ, ਵਿਸ਼ਵਾਸ ਕਰ ਗੁਰੂ ਤੇਰੇ ਦਿਲ ਦੀਆਂ ਜਾਣਦਾ,
ਮਹਾਰਾਜ ਕਹਿੰਦੇ ਨੇ, ਮਹਾਰਾਜ ਇਹ ਕਹਿਣਾ ਚਾਹੁੰਦੇ ਸੀ ਵੀ ਭਾਵੇਂ ਮੇਰੀ ਬੇਟੀ ਆਪਣੇ ਆਪ ਨਹੀਂ ਆਈ, ਪਰ ਪੁੱਛੋ ਤਾਂ ਸਹੀ ਨਾ, ਅਗਲਾ ਜਵਾਬ ਇਹ ਹੁਣ ਤੇ ਪੁੱਤਰ ਤੇਰੀਆਂ ਦੋ ਗਲਤੀਆਂ ਨੇ, ਇੱਕ ਤੂੰ ਆਪਣੇ ਆਪ ਆ ਗਈ ਹੈ, ਦੂਜਾ ਜਿਹਨਾਂ ਨੂੰ ਨਾਲ ਲੈ ਕੇ ਆਈ ਹੈ ਤੂੰ ਪਿੱਛੇ ਬਿਠਾਈਆਂ। ਪੁੱਤਰ ਜਾ ਨੂੰ ਲੈ ਕੇ ਆ, ਉਹ ਸਾਡੇ ਕੁੜਮ ਚੰਦ ਨੇ। ਬੀਬੀ ਜੀ ਗਏ, ਬੀਬੀ ਅਮਰੂ ਜੀ ਲੈ ਕੇ ਆਏ, ਸਰਦੀਆਂ ਸੀ, ਬੁੱਕਲ ਮਾਰੀ ਸੀ ਗੁਰੂ ਅੰਗਦ ਦੇਵ ਮਹਾਰਾਜ ਨੇ, ਦੋਵੇਂ ਹੱਥ ਬੁੱਕਲ ਚੋਂ ਕੱਢ ਗਏ, ਆਓ ਮੇਰੇ ਕੁੜਮ ਜੀ, ਆਓ ਮੇਰੇ ਕੁੜਮ ਜੀ। ਪਰ ਬਾਬਾ ਮਰਦਾਸ ਨੇ ਗਲਵੱਕੜੀ ਨਹੀਂ ਪਾਈ, ਇਤਿਹਾਸ ਕਹਿੰਦਾ ਚਰਨਾਂ ਤੋਂ ਡਿੱਗ ਕੇ ਕਹਿੰਦੇ ਨੇ, ਮਹਾਰਾਜ ਮੈਂ ਕੁੜਮ ਬਣ ਕੇ ਨਹੀਂ ਆਇਆ, ਮੈਂ ਦਾਸ ਬਣ ਕੇ ਆਇਆ, ਮਹਾਰਾਜ ਮੈਂ ਨੌਕਰ ਬਣਨ ਵਾਸਤੇ ਆਇਆ, ਮੈਂ ਤੇ ਸੇਵਕ ਬਣਨ ਵਾਸਤੇ ਆਇਆ। ਬੈਠ ਗਏ, ਮੈਂ ਸਮਾਪਤੀ, ਮੈਂ ਵੇਖਿਆ ਨਹੀਂ ਕਿੰਨੇ ਵਜੇ ਟਾਈਮ ਸ਼ੁਰੂ ਹੋਇਆ, ਟਾਈਮ ਹੋ ਗਿਆ ਜੀ, ਚਲੋ ਟਾਈਮ ਹੋ ਗਿਆ, ਆ ਇੱਕ ਮਿੰਟ ਲੱਗ ਸਮਾਪਤੀ ਕਰਾਂ। ਸਾਰੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਧੰਨ ਗੁਰੂ ਅਮਰਦਾਸ ਮਹਾਰਾਜ, ਬਾਬਾ ਅਮਰਦਾਸ ਨੂੰ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਨੇ, ਪੁਰਖਾ ਤੇਰੀ ਖੇਤੀ ਦਾ ਕੀ ਹਾਲ ਹੈ, ਤੇਰੇ ਕਾਰੋਬਾਰ ਦਾ ਕੀ ਹਾਲ ਹੈ, ਕਿੰਨੇ ਪੁੱਤਰ ਨੇ ਤੇਰੇ, ਕਿੰਨੀਆਂ ਧੀਆਂ ਨੇ ਤੁਹਾਡੀਆਂ। ਬਾਬਾ ਅਮਰਦਾਸ ਕਹਿੰਦੇ ਨੇ, ਮਹਾਰਾਜ ਖੇਤੀ ਵੀ ਠੀਕ ਹੈ, ਦੁਕਾਨ ਵੀ ਠੀਕ ਹੈ, ਕਾਰੋਬਾਰ ਵੀ ਠੀਕ ਹੈ, ਦੋ ਪੁੱਤਰ ਨੇ ਮੇਰੇ, ਦੋ ਧੀਆਂ ਨੇ। ਮਹਾਰਾਜ ਨੇ ਕੀ ਨਾਮ ਹੈ ਤੁਹਾਡੇ ਪੁੱਤਰਾਂ ਦਾ। ਬਾਬਾ ਅਮਰਦਾਸ ਕਹਿੰਦੇ ਜੀ, ਇੱਕ ਦਾ ਨਾਮ ਮੋਹਨ ਹੈ, ਦੂਜੇ ਦਾ ਨਾਮ ਮੋਹਰੀ ਹੈ, ਮੇਰੀਆਂ ਧੀਆਂ ਦਾ ਨਾਮ ਕੀ ਹੈ। ਰਿਸ਼ਤੇਦਾਰ ਰਾਤ ਰਹਿੰਦੇ ਹੁੰਦੇ ਸੀ, ਇਹੋ ਗੱਲਾਂ ਬਾਤਾਂ ਕਰਦੇ ਸੀ ਪ੍ਰੇਮ ਦੇ ਨਾਲ, ਮੇਰੀਆਂ ਧੀਆਂ ਦਾ ਨਾਮ ਕੀ ਹੈ। ਬਾਬਾ ਅਮਰਦਾਸ ਕਹਿੰਦੇ ਜੀ, ਇੱਕ ਦਾ ਨਾਮ ਬੀਬੀ ਭਾਨੀ ਹੈ, ਦੂਜੀ ਦਾ ਨਾਮ ਦਾਨੀ ਰੱਖਿਆ ਹੈ। ਮੈਨੂੰ ਮਾਫ਼ ਕਰਨਾ, ਅੱਜ ਪੰਜਾਬ ਦੀ ਧਰਤੀ 'ਤੇ ਬਸ ਇੱਕੋ ਹੀ ਗੱਲ ਰਹਿ ਗਈ, ਮਿਲਦੇ ਅਨਸਾਰ ਕੋਈ ਮਾਂ ਦਾ ਹਾਲ ਨਹੀਂ ਪੁੱਛਣਾ, ਕੋਈ ਬਾਪ ਦਾ ਨਹੀਂ, ਕੋਈ ਖੇਤੀ ਦਾ ਨਹੀਂ, ਕੁਛ ਨਹੀਂ ਪੁੱਛਣਾ। ਮਿਲਦੇ ਅਨਸਾਰ ਮੁੰਡਾ ਚਲ ਗਿਆ ਕੈਨੇਡਾ ਕਿ ਅਜੇ ਇੱਥੇ ਹੀ ਆ, ਉਹ ਕਹਿੰਦਾ ਜੀ ਚਲ ਗਿਆ, ਅਤੇ ਕੰਮ ਮਿਲਿਆ ਕਿ ਨਹੀਂ ਮਿਲਿਆ, ਬਸ ਆਹ ਦੋ ਗੱਲਾਂ ਆਪਾਂ ਪੁੱਛਣੇ, ਵੀ ਮੁੰਡਾ ਕੈਨੇਡਾ ਚਲ ਗਿਆ, ਚਲ ਗਿਆ, ਕੰਮ ਮਿਲਿਆ ਕਿ ਨਹੀਂ ਮਿਲਿਆ, ਕੰਮ ਤਾਂ ਨਹੀਂ ਮਿਲਿਆ। ਉਹ ਸਾਡਾ ਵੀ ਉਸ ਤਰ੍ਹਾਂ ਤੁਰਿਆ ਫਿਰਦਾ, ਕੰਮ ਉਹਨੂੰ ਵੀ ਕੋਈ ਨਹੀਂ ਮਿਲਿਆ। ਸਾਧ ਸੰਗਤ ਗੁਰੂ ਅੰਗਦ ਦੇ ਮਹਾਰਾਜ ਕਹਿਣਾ ਚਾਹੁੰਦੇ ਨੇ ਵੀ ਧਰਮੀ ਬੰਦਾ ਇਹ ਨਾ ਹੋਵੇ ਵੀ ਲੋਕਾਂ ਦਾ ਦੁੱਖ ਸੁੱਖ ਹੀ ਸਾਂਝਾ ਨਾ ਕਰੇ, ਪੁੱਛਿਆ ਕਰੋ ਇੱਕ ਦੂਜੇ ਨੂੰ ਦੁੱਖ ਸੁੱਖ। ਚਲੋ ਖੈਰ, ਕੁੜਮ ਜੀ ਅੱਜ ਕਿਵੇਂ ਦਰਸ਼ਨ ਦਿੱਤੇ ਨੇ। ਬਾਬਾ ਅਮਰਦਾਸ ਕਹਿੰਦੇ ਨੇ, ਮਹਾਰਾਜ ਰੱਬ ਮਿਲਾ ਦਿਓ ਰੱਬ। ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਨੇ, ਪੁਰਖਾ ਅਜੇ ਤੱਕ ਰੱਬ ਨੂੰ ਮਿਲਣ ਦਾ ਕੋਈ ਯਤਨ ਵੀ ਕੀਤਾ ਕਿ ਨਹੀਂ, ਕੋਈ ਕੋਸ਼ਿਸ਼ ਕੀਤੀ ਹੈ ਥੋੜ੍ਹੀ ਬਹੁਤੀ। ਬਾਬਾ ਅਮਰਦਾਸ ਕਹਿੰਦੇ ਨੇ, ਮਹਾਰਾਜ 20 ਵਾਰੀ ਹਰਿਦੁਆਰ ਗਿਆ ਇਸ਼ਨਾਨ ਕਰਨ। ਗੁਰੂ ਅੰਗਦ ਦੇਵ ਨੇਤਰਾਂ ਨਾਲ ਨੇਤਰ ਮਿਲਾ ਕੇ ਕਹਿੰਦੇ, ਪੁਰਖਾ 20 ਵਾਰੀ ਗੰਗਾ 'ਤੇ ਇਸ਼ਨਾਨ 'ਤੇ ਕਰ ਰਹੇ ਹਾਂ ਜਾ ਕੇ, ਪਰ ਜਿਹੜਾ ਤੀਰਥ ਸਾਡੇ ਅੰਦਰ ਵੱਸਦਾ ਉੱਥੇ ਤਾਂ ਇੱਕ ਵਾਰੀ ਵੀ ਤੂੰ ਇਸ਼ਨਾਨ ਨਹੀਂ ਕੀਤਾ। ਅੰਤਰਗਤ ਤੀਰਥ ਮਲ ਨਾਓ, ਪੁਰਖਾ ਤੂੰ ਅੰਦਰ ਵੱਸਦੇ ਤੀਰਥ 'ਤੇ ਇਸ਼ਨਾਨ ਨਹੀਂ ਕੀਤਾ। ਫਿਰ ਹਜ਼ੂਰ ਸੱਚੇ ਪਾਤਸ਼ਾਹ ਹੋਰ ਗੱਲਾਂ ਬਾਤਾਂ ਕਰਦੇ ਰਹੇ। ਕੁਝ ਦਿਨਾਂ ਤੋਂ ਬਾਅਦ ਬਾਬਾ ਅਮਰਦਾਸ ਆਖਣ ਲੱਗੇ, ਜੀ ਇਸ਼ਨਾਨ ਦੀ ਸੇਵਾ ਹੁਣ ਮੈਨੂੰ ਬਖਸ਼ਿਸ਼ ਕੀਤੀ ਜੇ। 11 ਸਾਲ ਫਿਰ ਗੁਰੂ ਅਮਰਦਾਸ ਮਹਾਰਾਜ, 4 ਕੋਹ ਪੈਂਦਾ ਹੈ ਖਡੂਰ ਤੋਂ ਬਿਆਸ ਦਰਿਆ ਦਾ, ਉਮਰ ਕਿੰਨੀ ਹੈ 62 ਸਾਲਾਂ ਦੀ, 11 ਸਾਲ ਫਿਰ ਅੱਧੀ ਰਾਤ ਨਾ ਜਾਣਾ, ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਸਿਰ 'ਤੇ ਲਿਆਉਣੀ,
ਮੀਂਹ ਹੋਵੇ, ਹਨੇਰੀ ਹੋਵੇ, ਚੱਖੜ ਹੋਵੇ, ਜੋ ਮਰਜ਼ੀ ਹੋਵੇ, ਨਾਗਾ ਨਹੀਂ ਸੀ ਪੈਂਦਾ। ਅੰਮ੍ਰਿਤ ਵੇਲੇ ਇਸ਼ਨਾਨ ਕਰਾਉਣਾ। ਸਾਧ ਸੰਗਤ 11 ਸਾਲ ਫਿਰ ਸੇਵਾ ਇਸ ਤਰ੍ਹਾਂ ਕੀਤੀ। ਇਸ ਤੋਂ ਅਗਲੇ ਪਾਸੇ ਹੁਣ ਕੱਲ੍ਹ ਨੂੰ ਜਿਹੜਾ ਟਾਈਮ ਰੱਖਣਗੇ, ਇਸ ਤੋਂ ਮੇਰੀ ਬੇਨਤੀ ਆ ਵੀ ਹੁਣ ਅੱਧ ਵਿਚਾਲੇ ਗੱਲ ਰਹਿ ਗਈ ਆ, ਪਰ ਤੁਸੀਂ ਕੱਲ੍ਹ ਨੂੰ ਟਾਈਮ ਸਿਰ ਆਇਓ। ਜਿਹੜਾ ਸ਼ੁਰੂ ਵਿੱਚ ਹੀ ਆਣ ਕੇ ਬੈਠਣ ਦੀ ਕਿਰਪਾਲਤਾ ਕਰਿਓ। ਇੰਨੇ ਕੁ ਸ਼ਬਦ ਕਹਿੰਦਾ ਦਾਸ ਖਿਮਾਂ ਦਾ ਜਾਚਕ ਹੈ, ਦਸ਼ਮੇਸ਼ ਪਿਤਾ ਜੀ ਦਾ, ਗੁਰਦੁਆਰਾ ਸੱਚਖੰਡ ਸ਼੍ਰੀ ਹਰਜੂਤ ਸਾਹਿਬ ਦੇ ਸਾਰੇ ਪ੍ਰਬੰਧਕ ਵੀਰਾਂ ਦਾ, ਧੰਨ ਗੁਰੂ ਗ੍ਰੰਥ ਸਾਹਿਬ ਦਾ ਕੋਟਾਨਕੋਟ ਸ਼ੁਕਰ। ਇਸ ਤੋਂ ਅੱਗੇ ਕੱਲ੍ਹ ਨੂੰ ਜੋਤੀ ਜੋਤ ਪੁਰਬ ਹੈ, ਗੁਰੂ ਅਮਰਦਾਸ ਜੋਤੀ ਜੋਤ ਸਮਾਉਂਗੇ, ਤੁਸੀਂ ਟਾਈਮ ਸਿਰ ਆਉਣ ਦੀ ਕਿਰਪਾਲਤਾ ਕਰਨੀ। ਸਾਰਿਆਂ ਦਾ ਧੰਨਵਾਦ। ਸਾਰੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ